ਬੰਧਨ ਸਮਰਾਂਗਦ ਦੁਖ ਨਿਬੰਧਨ ਗੁਰ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਸ਼੍ਰੀ ਗੁਰੁ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪਰ ਕਾਸਕ ਹਰ ਰਾਵੇ ਨਾਮ ਕਰ ਜੋਰੀ ਨਾਮ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾ ਬੋਰੀ ਜਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੁ ਗੋਬਿੰਦ ਸਿੰਘ ਬੇਸਾਲਾ ਪਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬਾਰ ਬਾਰ ਜਗਦੀਸਾ ਪਰਾ ਸਤਿਗੁਰੁ ਤੇ ਪ੍ਰਸਾਦ ਸਚ ਵਾਹਿਗੁਰੁ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੁ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਦੋਹਰਾ ਮਿਲ ਸੂਬੇ ਉਮਰਾਵ ਜੇ ਬੌਰ ਮੁਲਾਨੇ ਬ੍ਰਿੰਦ ਨੌ ਰੰਗ ਕੋ ਸਮਝਾਵਈ ਗੁਰ ਦਿਸ਼ ਦ੍ਰੋਹ ਬਿਲੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗੋ ਕਲ ਆਦਿ ਗੁਰੂ ਜਗਤ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਘਰ ਆਵੈ ਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਵਡਭਾਗੀ ਹਰ ਸੰਗਤ ਪਾਵੈ
ਭਾਗਹੀਣ ਭਰਮ ਚੋਟਾਂ ਖਾਵੇ। ਸੰਤਾਂ ਦੇ ਪਾਤਰੋ ਨੇਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਤੇ ਸਵਾਸ ਸਫਲ ਔਰ ਸਕਾਰਥਾ ਕਰਦੇ। ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਜੀਵਨ ਕਥਾ ਚੱਲ ਰਹੀ ਹੈ। ਔਰੰਗੇ ਪਾਪੀ ਦੁਸ਼ਟ ਦੇ ਹਮਾਇਤੀ ਮੂਰਖ ਮਤ ਦੇ ਧਾਰਨੀ ਕੁਝ ਕਾਜੀ ਮੌਲਵੀ ਅਹਿਲਕਾਰ ਵਜ਼ੀਰ ਔਰੰਗਜ਼ੇਬ ਨੂੰ ਗੁਰੂ ਘਰ ਦੇ ਬਰਖਿਲਾਫ ਭੜਕਾ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇਰੇ ਪਿਤਾ ਸ਼ਾਹਜਹਾਨ ਨੇ ਆਪਣੀ ਫੌਜ ਭੇਜੀ, ਉਹਨਾਂ ਨੇ ਜੰਗ ਲੜੇ, ਉਹ ਜਿਹੜਾ ਪੁਰਾਣਾ ਵੈਰ ਹੈ ਔਰੰਗਜ਼ੇਬ, ਤੈਨੂੰ ਸੰਭਾਲਣਾ ਚਾਹੀਦਾ। ਗੁਰੂ ਹਰਿਰਾਏ ਸਾਹਿਬ ਨੂੰ ਇੱਥੇ ਬੁਲਾ ਕੇ ਉਹਨਾਂ ਕੋਲੋਂ ਆਪਣੀਆਂ ਮਨ ਭਾਉਂਦੀਆਂ ਕਰਾਮਾਤਾਂ ਅਜ਼ਮਤਾਂ ਵੇਖ, ਕਰਾਮਾਤ ਵਿਖਾਉਣਗੇ ਤਾਂ ਠੀਕ ਹੈ, ਵਰਨਾ ਉਹਨਾਂ ਨੂੰ ਇਸਲਾਮ ਧਰਮ ਦੇ ਵਿੱਚ ਲਿਆ। ਉਹਨਾਂ ਦੇ ਇਸਲਾਮ ਧਰਮ ਦੇ ਵਿੱਚ ਆਉਣ ਨਾਲ ਹਜ਼ਾਰਾਂ ਹਿੰਦੂ ਲੋਕ ਉਹਨਾਂ ਦਾ ਆਖਾ ਮੰਨ ਕੇ ਇਸਲਾਮ ਦੇ ਵਿੱਚ ਆਉਣਗੇ। ਇੱਦਾਂ ਇਹਨਾਂ ਦੋਨਾਂ ਕੰਮਾਂ ਦੇ ਵਿੱਚ ਬਾਦਸ਼ਾਹ ਆਪਣਾ ਫਾਇਦਾ ਹੈ, ਲਾਭ ਹੈ। ਔਰੰਗਜ਼ੇਬ ਜੋ ਖੋਟੀ ਮਤ ਦਾ ਧਾਰਨੀ, ਆਪਣੀ ਅਕਲ ਤੋਂ ਕੰਮ ਨਹੀਂ ਲੈਂਦਾ, ਜਿਵੇਂ ਨਾਲ ਦੇ ਸਾਥੀ ਇਹਨੂੰ ਸਲਾਹਾਂ ਦਿੰਦੇ ਨੇ, ਪਰਮੇਸ਼ਰ ਵੱਲੋਂ ਕੁਝ ਇਹੋ ਜਿਹਾ ਵਰਤਾਰਾ ਸਾਡੀ ਕੁਦਰਤ ਦੇ ਵਿੱਚ ਵਰਤਦਾ ਹੈ ਕਿ ਜਿੱਦਾਂ ਦੀ ਬਿਰਤੀ ਦਾ ਕੋਈ ਆਦਮੀ ਹੁੰਦਾ, ਉਹਦੇ ਆਲੇ ਦੁਆਲੇ ਉਹ ਉੱਦਾਂ ਦੇ ਬੰਦੇ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ, ਖਿੱਚ ਲੈਂਦਾ ਬਹੁਤ ਜ਼ਿਆਦਾ ਤੁਰ। ਇੱਦਾਂ ਕਹਿ ਸਕਦੇ ਹਾਂ ਕਿ ਚੁੰਬਕੀ ਬਿਰਤੀ ਹੈ ਜਿਹੜੀ ਮਨੁੱਖ ਦੇ ਅੰਦਰ ਕੰਮ ਕਰਦੀ ਹੈ। ਜਿੱਦਾਂ ਦੀ ਇਹਦੀ ਆਪਣੀ ਬਿਰਤੀ ਹੁੰਦੀ ਹੈ, ਉੱਦਾਂ ਦੇ ਨੇਚਰ ਦੇ, ਉੱਦਾਂ ਦੀ ਬਿਰਤੀ ਦੇ ਬੰਦੇ ਇਹਦੇ ਵੱਲ ਸੁਭਾਵਕ ਖਿੱਚੇ ਆਉਂਦੇ ਆ। ਬਹੁਤਾਤ ਜ਼ਿਆਦਾ ਤੌਰ ਤੇ, ਜ਼ਰੂਰੀ ਨਹੀਂ ਕਿ ਸਾਰਿਆਂ ਨਾਲ ਐਸਾ ਹੋਵੇ, ਪਰ ਜ਼ਿਆਦਾ ਗਿਣਤੀ ਐਸੀ। ਹੁਣ ਔਰੰਗਜ਼ੇਬ ਬਾਦਸ਼ਾਹ ਜਿੱਦਾਂ ਦਾ ਸੀ, ਜਿੱਦਾਂ ਦਾ ਇਹਦਾ ਆਪਣਾ ਸੁਭਾਅ ਸੀ, ਉੱਦਾਂ ਦਾ ਹੀ ਇਹਦਾ ਆਲਾ ਦੁਆਲਾ, ਉੱਦਾਂ ਦੀ ਬਿਰਤੀ ਦੇ ਕਾਜੀ ਮੌਲਵੀ ਇਹਦੇ ਆਲੇ ਦੁਆਲੇ ਰਹਿੰਦੇ ਨੇ। ਇੱਕ ਦੋ ਹੋਣ ਤਾਂ ਗੱਲ ਕਰੀਏ, 1400 ਸੀ ਇਹੋ ਜਿਹੇ, 1400 ਲਮਾਓ ਸਨ ਜਿਹੜੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਰਹਿੰਦੇ ਸੀ। ਹੁਣ ਔਰੰਗੇ ਨੇ ਇਹਨਾਂ ਦੀ ਖੋਟੀ ਮੱਤ ਦੀ ਰੰਗਣ ਉਸੇ ਵੇਲੇ ਧਾਰਨ ਕਰ ਲਈ। ਕਹਿੰਦਾ ਇਸ ਪਾਸੇ ਤਾਂ ਮੇਰਾ ਧਿਆਨ ਹੀ ਨਹੀਂ ਆਇਆ, ਉਹਨਾਂ ਨੇ ਤਾਂ ਦਾਰਾ ਸ਼ਿਕੋਹ ਨੂੰ ਵੀ ਆਪਣੇ ਕੋਲ ਪਨਾਹ ਦਿੱਤੀ ਸੀ, ਔਰ ਦਾਰਾ ਸ਼ਿਕੋਹ ਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੈਨੂੰ ਬਾਦਸ਼ਾਹ ਹੀ ਲੈ ਕੇ ਦਿੰਦੇ ਹਾਂ, ਔਰੰਗਜ਼ੇਬ ਦੇ ਨਾਲ ਜੰਗ ਕਰ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਨ ਔਰੰਗਜ਼ੇਬ ਦੇ ਕੋਲ, ਉਹਦੇ ਪੱਖੀਆਂ ਨੇ ਗੁਰੂ ਸਾਹਿਬ ਜੀ ਦੇ ਬਰਖਿਲਾਫ ਇੱਕ ਇਹੋ ਜਿਹੀ ਭੜਕੜਾਹਟ ਔਰੰਗਜ਼ੇਬ ਬਾਦਸ਼ਾਹ ਦੇ ਹਿਰਦੇ 'ਚ ਪੈਦਾ ਕੀਤੀ ਹੈ
ਕਿ ਔਰੰਗਾ ਇੱਕ ਚਿੱਠੀ ਲਿਖ ਕੇ ਜਿਹਨੂੰ ਸ਼ੋਕ ਨਾਮਾ ਕਹਿ ਕੇ ਇਹਨੇ ਭੇਜਿਆ, ਮਨ ਬਿਰਤੀਆਂ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਮਿਲ ਸੂਬੇ ਉਮਰਾਵ ਜੇ, ਬੌਰ ਮੁਲਾ ਨੇ ਬ੍ਰਿੰਦ। ਬਹੁਤ ਸਾਰੇ ਸੂਬੇ, ਬੜੇ ਬੜੇ ਵੱਡੇ ਜਿਹੜੇ ਉਲਮਾਓ ਸਨ, ਔਰੰਗਜ਼ੇਬ ਦੇ ਦਰਬਾਰ ਵਿੱਚ ਇਹਦੀ ਕਚਹਿਰੀ 'ਚ ਕੰਮ ਕਰਨ ਵਾਲੇ ਇਹਦੇ ਕਰਿੰਦੇ ਸਨ। ਨੌ ਰੰਗ ਕੋ ਸਮਝਾਵਈ ਗੁਰ ਦਿਸ਼ ਦੋਹ ਬਿਲੰਦ। ਗੁਰਾਂ ਵੱਲੋਂ ਵੱਡਾ ਭਾਰੀ ਦਰੋਹ ਰੱਖ ਕੇ, ਆਪਣੇ ਹਿਰਦੇ 'ਚ ਦਵੈਸ਼ ਰੱਖ ਕੇ ਇਹ ਔਰੰਗਜ਼ੇਬ ਬਾਦਸ਼ਾਹ ਨੂੰ ਪੱਟੀਆਂ ਪੜਾਉਂਦੇ ਨੇ ਸਤਿਗੁਰਾਂ ਦੇ ਖਿਲਾਫ, ਔਰੰਗਜ਼ੇਬ ਦੇ ਕੰਨ ਭਰਦੇ ਨੇ। ਜੋ ਪਈ ਦਾਰਸ਼ ਕੋ ਸਹਾਇਕ ਪਏ, ਇਹ ਕਹਿੰਦੇ ਬਾਦਸ਼ਾਹ ਤੇਰਾ ਵੱਡਾ ਭਰਾ ਜੋ ਤੇਰਾ ਸਭ ਤੋਂ ਵੱਡਾ ਦੁਸ਼ਮਣ ਸੀ ਦਾਰਸ਼ ਕੋ, ਗੁਰੂ ਹਰਿ ਰਾਏ ਸਾਹਿਬ ਨੇ ਦਾਰਸ਼ ਕੋ ਦੀ ਸਹਾਇਤਾ ਕੀਤੀ, ਉਹਨਾਂ ਨੇ ਦਾਰਸ਼ ਕੋ ਦੀ ਮਦਦ ਕੀਤੀ ਹੈ। ਮਿਲੇ ਪਰਸ ਪਰ ਪ੍ਰੀਤੀ ਕੀਏ, ਦਾਰਸ਼ ਕੋ ਨਾਲ ਮਿਲ ਕੇ ਉਹਨਾਂ ਨੇ ਸਾਂਝ ਪਾਈ, ਦਾਰਸ਼ ਕੋ ਨਾਲ ਮਿਲ ਕੇ ਆਪਣੀ ਪ੍ਰੀਤ ਪ੍ਰਗਟ ਕੀਤੀ। ਜਿਮ ਪ੍ਰਾਤਾ ਪਾ ਸ਼ਤਰੂ ਹਮਾਰੇ, ਜਿਵੇਂ ਤੁਹਾਡਾ ਇਹ ਪ੍ਰਾਤਾ ਸਾਡਾ ਵੱਡਾ ਦੁਸ਼ਮਣ ਹੋਇਆ, ਤਥਾ ਗੁਰੂ ਹਰਿ ਰਾਏ ਵਿਚਾਰ, ਇਸ ਤਰ੍ਹਾਂ ਤੂੰ ਗੁਰੂ ਹਰਿ ਰਾਏ ਸਾਹਿਬ ਨੂੰ ਵੀ ਆਪਣਾ ਦੁਸ਼ਮਣ ਜਾਣ, ਕਿਉਂਕਿ ਉਹ ਤੇਰੇ ਦੁਸ਼ਮਣ ਦੇ ਪੱਖੀ ਸੀ, ਦਾਰਸ਼ ਕੋ ਤੇਰਾ ਦੁਸ਼ਮਣ ਸੀ ਤੇ ਗੁਰੂ ਹਰਿ ਰਾਏ ਸਾਹਿਬ ਦਾਰਸ਼ ਕੋ ਦੇ ਮਿੱਤਰ ਸੀ, ਉਹਦੀ ਸਹਾਇਤਾ ਕਰਦੇ ਸੀ। ਇਹਦਾ ਮਤਲਬ ਜਿਵੇਂ ਦਾਰਸ਼ ਕੋ ਤੇਰਾ ਦੁਸ਼ਮਣ ਹੈ, ਇਸੇ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਵੀ ਤੇਰੇ ਦੁਸ਼ਮਣ ਹਨ। ਸੁਣ ਔਰੰਗ ਉਰ ਬਿਖੇ ਰਸਾਇਓ, ਔਰੰਗੇ ਨੇ ਜਦੋਂ ਇਹ ਗੱਲਾਂ ਸੁਣੀਆਂ, ਸੁਣ ਕੇ ਆਪਣੇ ਮਨ 'ਚ ਬੜੀ ਖਿੱਜ ਕੀਤੀ, ਇਹਨੇ ਆਪਣੇ ਹਿਰਦੇ 'ਚ ਬੜਾ ਭਾਰੀ ਰੋਸ ਕੀਤਾ। ਮਕਰ ਪਰੇ ਬਨ ਕੋ ਲਿਖਵਾਇਓ, ਮਕਾਰ ਭਰੀ ਚਿੱਠੀ ਜਿਹਦੇ ਵਿੱਚ ਇਹਨੇ ਝੂਠ, ਫਰੇਬ, ਛਲ, ਕਪਟ ਇਦਾਂ ਦੀ ਬਿਰਤੀ ਧਾਰਨ ਕਰਕੇ ਇੱਕ ਚਿੱਠੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਨਾਂ ਤੇ ਲਿਖੀ। ਏਤਕ ਉਪਾਲੰਬ ਇਸ ਪਾਏ, ਉਸ ਚਿੱਠੀ ਦੇ ਵਿੱਚ ਇਹਨੇ ਆਪਣੇ ਵੱਲੋਂ ਕਈ ਉਲਾਂਭੇ ਵੀ ਦਿੱਤੇ ਮਹਾਰਾਜ ਜੀ ਨੂੰ, ਕਈ ਤਰ੍ਹਾਂ ਦੇ ਉਲਾਂਭੇ ਵੀ ਕੁਝ ਢੰਗ ਤਰੀਕੇ ਨਾਲ ਲਿਖੀ ਹੈ ਚਿੱਠੀ, ਹਾਲੇ ਵਿੱਚ ਮਕਰ ਫਰੇਬ ਹੈ ਚਿੱਠੀ ਵਿੱਚੋਂ ਏਦਾਂ ਝਲਕਦਾ ਵੀ ਬੜੇ ਪਿਆਰ ਨਾਲ ਚਿੱਠੀ ਲਿਖ ਰਿਹਾ, ਪਰ ਇਹਦੇ ਅੰਦਰ ਦੁਸ਼ਮਣੀ ਹੈ, ਇਹਦੇ ਅੰਦਰ ਵੈਰ ਕਪਟ ਤੇ ਦੁਵੈਸ਼ ਭਰਿਆ ਹੋਇਆ ਹੈ। ਘਰ ਘਰ ਸ੍ਰੀ ਨਾਨਕ ਫਕਰ ਸਦਾਏ, ਲਿਖੀ ਹੈ ਚਿੱਠੀ ਔਰੰਗਜ਼ੇਬ ਨੇ ਗੁਰੂ ਪਾਤਸ਼ਾਹ, ਲਿਖ ਤੁਮ ਔਰੰਗਜ਼ੇਬ, ਹੇ ਗੁਰੂ ਹਰਿ ਰਾਏ ਸਾਹਿਬ, ਤੁਹਾਡਾ ਘਰ ਗੁਰੂ ਨਾਨਕ ਸਾਹਿਬ ਦਾ ਘਰ ਹੈ, ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਇਹ ਫਕੀਰਾਂ ਦਾ ਘਰ ਹੈ। ਸਭ ਕੋ ਦੇਖੇ ਇੱਕ ਸਮਾਨ, ਫਕੀਰ ਹੁੰਦੇ ਨੇ
ਉਹ ਸਭ ਨੂੰ ਇੱਕ ਸਮਾਨ ਬਿਰਤੀ ਨਾਲ ਵੇਖਦੇ ਨੇ। ਚਾਹੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਹੋਵੇ, ਉਹ ਸਭ ਨੂੰ ਇੱਕ ਸਮਾਨ ਬਿਰਤੀ ਨਾਲ ਦ੍ਰਿਸ਼ਟੀ ਨਾਲ ਵੇਖਦੇ ਨੇ। ਮਿੱਤਰ ਸ਼ਤਰੂ ਕਿਸੂ ਨੇ ਜਾਣੇ, ਇਹ ਨਹੀਂ ਜਾਣਦੇ ਕਿ ਸਾਡਾ ਮਿੱਤਰ ਹੈ ਇਹ ਜਾਂ ਸਾਡਾ ਦੁਸ਼ਮਣ ਹੈ। ਜਿਹੜੇ ਗੁਰੂ ਘਰ ਦੇ ਵਿੱਚ ਫਕੀਰੀ ਬਿਰਤੀ ਹੈ, ਉਹ ਦੁਸ਼ਮਣ ਤੇ ਮਿੱਤਰ ਦੋਨਾਂ ਨੂੰ ਇੱਕ ਸਮਾਨ ਕਰਕੇ ਵੇਖਦੀ ਹੈ। ਤਾਰਾ ਕੀ ਤੁਮ ਕਰੀ ਹਿਮਾਇਤ, ਗੁਰੂ ਜੀ ਮੇਰੇ ਮਨ ਵਿੱਚ ਇਸ ਗੱਲ ਦਾ ਬੜਾ ਰੰਜ ਹੈ ਕਿ ਦਾਰਾ ਸ਼ਕੋਹ ਦੀ ਤੁਸੀਂ ਸਹਾਇਤਾ ਕੀਤੀ ਤੇ ਮੇਰੇ ਪ੍ਰਤੀ ਵਿਦਰੋਹ ਕੀਤਾ, ਹਾਲਾਂਕਿ ਤੁਹਾਨੂੰ ਸਾਡੇ ਦੋਨਾਂ ਨੂੰ ਇੱਕ ਸਮਾਨ ਹੀ ਸਮਝਣਾ ਚਾਹੀਦਾ ਸੀ। ਜਿਹੋ ਜਿਹਾ ਦਾਰਾ ਸ਼ਕੋਹ ਉਦਾਂ ਦਾ ਮੈਂ ਹਾਂ, ਪਰ ਤੁਸੀਂ ਦਾਰਾ ਸ਼ਕੋਹ ਦੀ ਸਹਾਇਤਾ ਕੀਤੀ ਹੈ, ਮੇਰੇ ਨਾਲ ਪੱਖ ਨਹੀਂ ਕੀਤਾ, ਉਹਦਾ ਪੱਖ ਕੀਤਾ ਹੈ। ਸਲਤਨ ਦੀਨਸ ਦੇਸ਼ ਵਲਾਇਤ, ਦਾਰਾ ਸ਼ਕੋਹ ਨੂੰ ਕਿਹਾ ਕਿ ਇਹ ਦਾਰਾ ਸ਼ਕੋਹ ਅਸੀਂ ਤੈਨੂੰ ਸਲਤਨਤ ਦਿੱਤੀ ਹੈ, ਤੈਨੂੰ ਅਸੀਂ ਵਲਾਇਤ ਦੀ ਸਲਤਨਤ ਦਿੱਤੀ ਹੈ। ਸੋ ਮੈਂ ਪਕੜ ਦਿਓ ਮਰਵਾਏ, ਪਰ ਗੁਰੂ ਜੀ ਤੁਹਾਡੀ ਦਿੱਤੀ ਸਲਤਨਤ ਦਾਰਾ ਸ਼ਕੋਹ ਦੇ ਕੋਲ ਨਹੀਂ ਆਈ, ਮੈਂ ਦਾਰਾ ਸ਼ਕੋਹ ਨੂੰ ਪਕੜ ਕੇ ਕੋਹ ਕੇ ਮਰਵਾ ਦਿੱਤਾ। ਕਛੂ ਨ ਤੁਮਰੀ ਭਈ ਸਹਾਏ, ਔਰ ਤੁਹਾਡੀ ਕੋਈ ਸਹਾਇਤਾ ਦਾਰਾ ਸ਼ਕੋਹ ਦੀ ਮਦਦ ਨਹੀਂ ਕਰ ਸਕੀ, ਤੁਹਾਡੀ ਕੋਈ ਸਹਾਇਤਾ ਦਾਰਾ ਸ਼ਕੋਹ ਨੂੰ ਪ੍ਰਾਪਤ ਨਹੀਂ ਹੋ ਸਕੀ। ਭਈ ਸੋ ਭਈ ਬੀਤ ਸਭ ਗਈ, ਚਲੋ ਗੁਰੂ ਜੀ ਮੈਂ ਪੁਰਾਣੀਆਂ ਗੱਲਾਂ ਨੂੰ ਨਹੀਂ ਵਿਚਾਰਦਾ, ਜੋ ਪਹਿਲਾਂ ਹੋ ਗਈਆਂ ਸੋ ਹੋ ਗਈਆਂ ਬੀਤ ਗਈਆਂ, ਅਬ ਮਨ ਕਰੋ ਸਫਾਈ ਨਹੀਂ, ਹੁਣ ਤੁਸੀਂ ਆਪਣੇ ਮਨ ਚ ਮੇਰੇ ਪ੍ਰਤੀ ਸਫਾਈ ਰੱਖੋ, ਤੁਸੀਂ ਆਪਣੇ ਮਨ ਵਿੱਚ ਮੇਰੇ ਪ੍ਰਤੀ ਕਿਸੇ ਪ੍ਰਕਾਰ ਦਾ ਦੁਇਦ ਵੈਸ਼ ਦਾ ਭਾਵ ਨਾ ਰੱਖੋ। ਹਮ ਸੋ ਮਿਲੋ ਆਨ ਅਬ ਆਪ, ਮੇਰੀ ਇਹ ਦਰਖਵਾਸ਼ ਹੈ ਆਪ ਜੀ ਦੇ ਚਰਨਾਂ ਚ ਕਿ ਤੁਸੀਂ ਇੱਥੇ ਆ ਕੇ ਮੈਨੂੰ ਮਿਲੋ, ਦਿੱਲੀ ਆ ਕੇ ਮੈਨੂੰ ਦਰਸ਼ਨ ਦਿਓ। ਸਥਿਰ ਤਖਤ ਪਰ ਸਹਿਤ ਪ੍ਰਤਾਪ, ਇਸ ਵਕਤ ਆਪਣੇ ਪੂਰੇ ਜਾਹੋ ਜਲਾਲ ਸਮੇਤ, ਬਾਦਸ਼ਾਹੀ ਦੇ ਪ੍ਰਤਾਪ ਦੇ ਸਮੇਤ ਹਿੰਦੁਸਤਾਨ ਦੇ ਤਖਤ ਦੇ ਉੱਤੇ ਬੈਠਾ ਹਿੰਦੁਸਤਾਨ ਦਾ ਮਾਲਕ ਆ, ਤੁਸੀਂ ਆ ਕੇ ਮੈਨੂੰ ਦਰਸ਼ਨ ਦਿਓ। ਮਿਲ ਬੇਟੀ ਬੋ ਮੁਝ ਕੋ ਲਾਲਸ, ਮੇਰੇ ਮਨ ਵਿੱਚ ਤੁਹਾਨੂੰ ਮਿਲਣ ਦੀ ਲਾਲਸ ਹੈ, ਮੈਂ ਤੁਹਾਡੇ ਨਾਲ ਮੁਲਾਕਾਤ ਕਰਨਾ ਚਾਹੁੰਦਾ, ਤੁਹਾਡੀ ਸੋਭਾ ਬੜੀ ਸੁਣੀ, ਤੁਹਾਡੀ ਵਡਿਆਈ ਬੜੀ ਸੁਣੀ ਹੈ, ਪਰ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੁਮ ਪੀ ਆਓ ਕਰੋ ਨਾ ਆਲਸ, ਮੇਰੇ ਮਨ ਚ ਜੇ ਤੁਹਾਨੂੰ ਮਿਲਣ ਦੀ ਲਾਲਸ ਹੈ ਤੇ ਗੁਰੂ ਜੀ ਫਿਰ ਤੁਹਾਨੂੰ ਵੀ ਮੇਰੀ ਲਾਲਸਾ ਪੂਰੀ ਕਰਨ ਵਾਸਤੇ ਬਿਨਾਂ ਦੇਰੀ ਤੋਂ ਆਉਣਾ ਚਾਹੀਦਾ, ਬਿਨਾਂ ਆਲਸ ਤੋਂ ਜਿੰਨੀ ਛੇਤੀ ਹੋ ਸਕੇ ਚੱਲ ਕੇ ਮੇਰੇ ਕੋਲ ਆਓ। ਲਿਖਿਓ ਸ਼ੋਕ ਨਾਮਾ ਇਸ ਰੀਤ, ਉਹਨਾਂ ਦਾ ਇੱਕ ਸ਼ੋਕ ਨਾਮਾ ਜਿਹਦੇ ਵਿੱਚ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ, ਉਹ ਸ਼ੋਕ ਨਾ ਲਿਖਣ ਨੂੰ ਤਾਂ ਸ਼ੋਕ ਨਾਮਾ ਪਰ ਹੈ ਵਿੱਚ ਛਲ ਫਰੇਬ ਕਿ ਇੱਕ ਵਾਰੀ ਗੁਰੂ ਜੀ ਆ ਗਏ ਫਿਰ ਮੈਂ ਕਹਾਂਗਾ ਵੀ ਵਿਖਾਓ ਕਰਾਮਾਤ, ਜੇ ਨਾ ਵਿਖਾਉਣਗੇ ਤੇ ਕਹਾਂਗਾ ਇਸਲਾਮ ਵਿੱਚ ਆਓ। ਏਦਾਂ ਦਾ ਫਰੇਬ ਇਹਨੇ ਆਪਣੀ ਇਸ ਚਿੱਠੀ ਦੇ ਵਿੱਚ ਭਰ ਕੇ ਭੇਜਿਆ। ਆਤਮਤੀ ਮੰਦ ਕਪਟ ਤਰ ਚੀਤ, ਅਤੀ ਮਾੜੀ ਮਤ ਵਾਲਾ ਹੈ ਨੁਰੰਗਾ
ਮਤ ਦੇ ਵਿੱਚ ਕਪਟ ਹੈ, ਹਿਰਦੇ ਦੇ ਵਿੱਚ ਇਹਦੇ ਛਲ ਤੇ ਫਰੇਬ ਹੈ। ਸਨੇ ਸਨੇ ਸਤ ਗੁਰ ਟਿਗ ਆਇਓ, ਇਹਦੀ ਚਿੱਠੀ ਲੈ ਕੇ ਇੱਕ ਹਲਕਾਰਾ ਜਿਉਂ ਦਿੱਲੀ ਤੋਂ ਚੱਲਿਆ, ਚਲਦਾ ਚਲਦਾ ਉਹ ਸਤਿਗੁਰਾਂ ਦੇ ਕੋਲ ਸ੍ਰੀ ਕੀਰਤਪੁਰ ਸਾਹਿਬ ਪਹੁੰਚਿਆ। ਪਟ ਕਰ ਸਗਲ ਪ੍ਰਸੰਗ ਸੁਣਾਇਓ, ਔਰ ਉਹ ਚਿੱਠੀ ਜੋ ਰੰਗੇ ਨੇ ਲਿਖੀ ਸੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਪੜ੍ਹ ਕੇ ਸੁਣਾਈ ਹੈ। ਸ੍ਰੀ ਅੰਤਰਜਾਮੀ ਸਭ ਜਾਣੀ, ਅੰਤਰਜਾਮੀ ਜਾਣੀ ਜਾਣ ਸਤਿਗੁਰਾਂ ਕੋਲੋਂ ਹੁਣ ਕੀ ਲੁਕਿਆ ਸੀ ਚਿੱਠੀ ਦੇ ਵਿੱਚ, ਅਸਲ ਭਾਵ ਕੀ ਹੈ ਉਹ ਰੰਗੇ ਦਾ, ਉਹ ਮਹਾਰਾਜ ਜੀ ਨੂੰ ਸਮਝਦਿਆਂ ਦੇਰੀ ਨਹੀਂ ਲੱਗੀ, ਸਤਿਗੁਰਾਂ ਨੂੰ ਜਾਣਦਿਆਂ ਦੇਰੀ ਨਹੀਂ ਲੱਗੀ ਕਿ ਔਰੰਗਾ ਆਪਣੇ ਹਿਰਦੇ ਚ ਕਪਟ ਤੇ ਛਲ ਰੱਖ ਕੇ ਚਿੱਠੀ ਭੇਜ ਰਿਹਾ। ਕਪਟ ਮਤੀ ਤੁਰ ਕੇਸ਼ਰ ਠਾਨੀ, ਮਹਾਰਾਜ ਜੀ ਜਾਣ ਗਏ ਨੇ ਕਿ ਔਰੰਗਜ਼ੇਬ ਨੇ ਇਸ ਚਿੱਠੀ ਵਿਚ ਆਪਣੀ ਕਪਟ ਭਰੀ ਮਤ ਦਾ ਪ੍ਰਗਟਾਵਾ ਕੀਤਾ। ਇਸ ਮੂਰਖਤਾ ਲੱਖ ਬਿਗਸਾਏ, ਪਾਤਸ਼ਾਹ ਨੇ ਔਰੰਗੇ ਦੀ ਮੂਰਖਤਾ ਨੂੰ ਵੇਖਿਆ ਤੇ ਸਿਆਣਾ ਬੰਦਾ ਹਮੇਸ਼ਾ ਮੂਰਖਤਾ ਨੂੰ ਵੇਖ ਕੇ ਮੁਸਕਰਾਉਂਦਾ, ਉਹਦੇ ਅੰਦਰ ਤਰਸ ਦਾ ਭਾਵ ਆਉਂਦਾ ਮੂਰਖਾਂ ਦੇ ਪ੍ਰਤੀ ਵੀ ਕਿੱਦਾਂ ਦੀ ਬਿਰਤੀ ਇਹਨਾਂ ਲੋਕਾਂ ਦੀ। ਉਹ ਹੱਸਦਾ ਜਦੋਂ ਕੋਈ ਮੂਰਖ ਬੰਦਾ ਮੂਰਖਤਾ ਕਰਦਾ, ਸਿਆਣਾ ਕੋਲ ਖਲੋ ਕੇ ਹੱਸਦਾ। ਮਹਾਰਾਜ ਜੀ ਨੂੰ ਇਹਦੀ ਮੂਰਖਤਾ ਦੇ ਉੱਤੇ ਹਾਸੀ ਵੀ ਆਈ ਕਿ ਸਾਨੂੰ ਛਲਣਾ ਚਾਹੁੰਦਾ, ਇਹ ਸਾਨੂੰ ਆਪਣੀ ਚਤਰਾਈ ਦੇ ਨਾਲ ਕਾਬੂ ਕਰਨਾ ਚਾਹੁੰਦਾ ਹੈ। ਸੰਤਨ ਸੋ ਇਹ ਦ੍ਰੋਹ ਕਮਾਏ, ਇਹ ਔਰੰਗਾ ਜਿਹੜਾ ਮਹਾਂਪੁਰਸ਼ਾਂ ਸੰਤਾਂ ਦੇ ਨਾਲ ਦ੍ਰੋਹ ਕਮਾਉਣ ਵਾਲਾ, ਵੈਰ ਦੀ ਬਿਰਤੀ ਰੱਖਣ ਵਾਲਾ। ਤਬ ਜਵਾਬ ਖਤ ਕੋ ਲਿਖਵਾਏ, ਸਾਡੇ ਦਰਸ਼ਨਾਂ ਦੀ ਇੱਛਾ ਰੱਖਦਾ, ਹਾਸੀ ਆਪੇ ਹੋਣੀ ਸੀ ਵੀ ਜਿਹਨੇ ਸ਼ਰਮਦ ਵਰਗੇ ਫਕੀਰ ਨਹੀਂ ਛੱਡੇ, ਕਿੰਨੇ ਬੇਨਵੇ ਫਕੀਰ ਮਾਰ ਮੁਕਾਏ, ਉਹ ਔਰੰਗਾ ਸਾਡੇ ਦਰਸ਼ਨਾਂ ਦੀ ਇੱਛਾ ਰੱਖਦਾ, ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਕਪਟ ਤੇ ਛਲ ਹੈ। ਸਮਝਦਿਆਂ ਦੇਰੀ ਨਹੀਂ ਲੱਗੀ ਸਤਿਗੁਰਾਂ ਨੂੰ, ਪਾਤਸ਼ਾਹ ਨੇ ਉਸ ਵਕਤ ਔਰੰਗੇ ਦੀ ਚਿੱਠੀ ਦਾ ਜਵਾਬ ਆਪਣੇ ਵੱਲੋਂ ਲਿਖਵਾਇਆ। ਹਮੇ ਜੋ ਮਿਲਨੇ ਹੇਤ ਬੁਲਾਇਓ, ਪਾਤਸ਼ਾਹ ਨੇ ਚਿੱਠੀ ਲਿਖਵਾਈ, ਆਖਿਆ ਔਰੰਗਜ਼ੇਬ ਸਾਨੂੰ ਤੂੰ ਮਿਲਣ ਵਾਸਤੇ ਆਪਣੇ ਕੋਲ ਸੱਦਦਾ, ਆਪਣੇ ਕੋਲ ਬੁਲਾਉਣਾ। ਤੋ ਸੰਗ ਨੇ ਕੁਛ ਕਾਮ ਹਮਾਰਾ, ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ ਸਾਡਾ ਤੇਰੇ ਨਾਲ ਕੋਈ ਕੰਮ ਨਹੀਂ, ਸਾਡਾ ਤੇਰੇ ਨਾਲ ਕੰਮ ਤਾਂ ਹੈ ਨਹੀਂ ਕੋਈ, ਤੂੰ ਬਾਦਸ਼ਾਹ ਹੈ, ਬਾਦਸ਼ਾਹਾਂ ਨਾਲ ਮਿਲਣੀਆਂ ਕਰ, ਬਾਦਸ਼ਾਹਾਂ ਨਾਲ ਮੁਲਾਕਾਤਾਂ ਕਰ, ਸਾਡੇ ਨਾਲ ਮੁਲਾਕਾਤ ਕਰਕੇ ਤੂੰ ਕੀ ਲੈਣਾ, ਸਾਨੂੰ ਵੀ ਤੇਰੇ ਤੋਂ ਕੋਈ ਚਾਹੀਦਾ ਨਹੀਂ, ਅਸੀਂ ਤੇਰੇ ਨਾਲ ਕੋਈ ਕੰਮ ਨਹੀਂ ਰੱਖਿਆ ਆਪਣਾ। ਨਹੀਂ ਦੇਸ਼ ਕੋ ਰਾਜ ਉਧਾਰਾ, ਔਰ ਨਾ ਹੀ ਅਸੀਂ ਤੇਰੇ ਦੇਸ਼ ਦਾ ਕੋਈ ਰਾਜ ਕਰਦੇ ਹਾਂ, ਵੀ ਜਾਂ ਹੋਵੇ ਨਾ ਵੀ ਤੇਰੇ ਦੇਸ਼ ਦੇ ਵਿੱਚ ਅਸੀਂ ਕਿਸੇ ਕਸਬੇ ਤੇ ਜਾਂ ਕਿਸੇ ਸੂਬੇ ਤੇ ਰਾਜ ਕਰਦੇ ਹੋਈਏ, ਤੇ ਅਸੀਂ ਤੈਨੂੰ ਜਾ ਕੇ ਮਾਮਲਾ ਪਾਰਨਾ, ਟੈਕਸ ਦੇਣਾ ਜਾਂ ਜਜ਼ੀਆ ਦੇਣਾ, ਉਹ ਵੀ ਕੰਮ ਸਾਡਾ ਤੇਰੇ ਨਾਲ ਕੋਈ ਨਹੀਂ। ਤੇਰੇ ਦਮ ਨਹੀਂ ਹਮ ਦੇਨੇ, ਅਸੀਂ ਤੇਰੇ ਕੋਈ ਦਮੜੇ ਤਾਂ ਨਹੀਂ ਦੇਣੇ, ਅਸੀਂ ਤੇਰਾ ਕੋਈ ਟੈਕਸ ਨਹੀਂ ਦੇਣਾ, ਅਸੀਂ ਤੇਰਾ ਕੋਈ ਕਰ ਨਹੀਂ ਭਰਨਾ। ਅਰ ਨੈ ਖਾਇਸ਼ ਤੁਮ ਤੇ ਲੈਨੇ, ਨਾ ਤੈਨੂੰ ਅਸੀਂ ਕੋਈ ਰੁਪਈਏ ਦੇਣੇ ਨੇ, ਤੇ ਨਾ ਸਾਨੂੰ ਇਹ ਖਾਹਿਸ਼ ਹੈ ਵੀ ਅਸੀਂ ਤੇਰੇ ਕੋਲ ਲੈਣੇ ਨੇ, ਸਾਨੂੰ ਤੇਰੇ ਕੋਲ ਰੁਪਈਏ ਲੈਣ ਦੀ ਵੀ ਇੱਛਾ ਨਹੀਂ,
ਤੇ ਨਾ ਹੀ ਅਸੀਂ ਤੇਰੇ ਕੋਈ ਰੁਪਈਏ ਦੇਣੇ ਨੇ। ਪੀਰ ਮੁਰੀਦੀ ਨਾ ਇਨ ਕੋਈ, ਨਾ ਤੂੰ ਸਾਡਾ ਚੇਲਾ ਤੇ ਨਾ ਅਸੀਂ ਤੇਰੇ ਪੀਰ ਹਾਂ। ਵੀ ਇਹ ਵੀ ਰਿਸ਼ਤਾ ਹੈ ਨਾ, ਵੀ ਚੇਲੇ ਦੇ ਬੁਲਾਇਆ, ਮੁਰੀਦ ਨੇ ਬੁਲਾਇਆ ਤੇ ਪੀਰ ਦਰਸ਼ਨ ਦੇਣ ਚਲੇ ਗਏ, ਉਹ ਵੀ ਤੂੰ ਸਾਨੂੰ ਪੀਰ ਨਹੀਂ ਮੰਨਦਾ ਨਾ ਤੂੰ ਸਾਡਾ ਮੁਰੀਦ ਹੈ, ਇਸ ਕਰਕੇ ਵੀ ਤੇਰਾ ਸਾਡਾ ਮੇਲ ਨਹੀਂ ਹੋ ਸਕਦਾ। ਕੌਣ ਹੇਤ ਕਰ ਮਿਲਬੋ ਹੋਈ, ਇਸ ਕਾਰਨ ਕਰਕੇ ਸਾਡਾ ਤੇਰੇ ਨਾਲ ਮਿਲਣਾ ਹੋ ਸਕਦਾ, ਕੋਈ ਮਿਲਣ ਦਾ ਕਾਰਨ ਸਾਨੂੰ ਨਜ਼ਰੀ ਨਹੀਂ ਆਉਂਦਾ। ਅਰ ਜੇ ਦਾਰਸ਼ ਕੋ ਪਰ ਸੰਗ, ਬਾਕੀ ਰਹੀ ਗੱਲ ਦਾਰਸ਼ ਕੋ ਦੀ, ਤੂੰ ਕਹਿਣਾ ਵੀ ਅਸੀਂ ਦਾਰਾ ਸ਼ਿਕੋਹ ਨੂੰ ਸਲਤਨਤ ਦਿੱਤੀ ਹੈ, ਤੇ ਕਿਹੜੀ ਸਲਤਨਤ ਦਿੱਤੀ ਹੈ? ਵੀ ਉਹਨੂੰ ਤਾਂ ਮੈਂ ਪਕੜ ਕੇ ਕੋਹ ਕੇ ਮਾਰ ਦਿੱਤਾ, ਤੁਹਾਡੀ ਉਹਦੀ ਸਹਾਇਤਾ ਨਹੀਂ ਹੋ ਸਕੀ ਤੁਹਾਡੇ ਵੱਲੋਂ। ਜਿਹੜੀ ਤੂੰ ਦਾਰਾ ਸ਼ਿਕੋਹ ਦੇ ਸੰਬੰਧ ਦੇ ਵਿੱਚ ਗੱਲ ਕਰਦਾ, ਸਲਤਨ ਦੇਨ ਲਿਖੀ ਹੋ ਹਮ ਸੰਗ, ਅਸੀਂ ਦਾਰਾ ਸ਼ਿਕੋਹ ਨੂੰ ਕਿਹਾ ਸੀ ਕਿ ਅਸੀਂ ਤੈਨੂੰ ਹਿੰਦੁਸਤਾਨ ਦੀ ਸਲਤਨਤ ਦੇ ਦਿੰਦੇ ਹਾਂ। ਅਟਲ ਸੁਛਤਰ ਤਖਤ ਤਿਸ ਦੀਨੋ, ਉਹਨੇ ਕਿਹਾ ਮੈਨੂੰ ਇਹ ਨਹੀਂ ਚਾਹੀਦੀ। ਇਸ ਕਰਕੇ ਜਿਹੜੀ ਸਲਤਨਤ ਅਸੀਂ ਦਾਰਾ ਸ਼ਿਕੋਹ ਨੂੰ ਦਿੱਤੀ ਹੈ ਔਰੰਗਜ਼ੇਬ, ਉਹ ਜੁਗੋ ਜੁਗ ਅਟਲ ਹੋ ਗਈ ਹੈ, ਸਾਡੇ ਵੱਲੋਂ ਦਿੱਤੀ ਹੋਈ ਉਹ ਅਟਲ ਹੋ ਗਈ ਹੈ, ਸਦੈਵੀ ਹੋ ਗਈ ਹੈ। ਸਦਾ ਦੀਨ ਕੋ ਦੁਖੀ ਨਲੀਨੋ, ਜਿਹੜੀ ਇਹ ਦੀਨ ਦੀ ਸੰਸਾਰ ਦੀ ਦੁਖਦਾਈ ਜਿਹੜਾ ਰਾਜ ਸੀ ਇਹ ਨਹੀਂ ਲਿਆ, ਉਹਨੇ ਉਹ ਅਵਚਲ ਪਦਵੀ ਦਾ ਰਾਜ ਪ੍ਰਾਪਤ ਕੀਤਾ ਹੈ। ਦਾਨਸ਼ਵੰਦ ਦੁਨੀ ਲੱਖ ਫਾਨੀ, ਸਿਆਣਾ ਸੀ ਉਹਨੇ ਆਖਿਆ, ਇਹ ਦਾਨਸ਼ਵੰਦ ਸਿਆਣਾ ਸੀ ਉਹਨੇ ਇਸ ਦੁਨੀਆਂ ਨੂੰ ਫਨਾ ਹੋਇਆ ਜਾਣਿਆ, ਵੀ ਫਾਨੀ ਦੁਨੀਆਂ ਦੀ ਬਾਦਸ਼ਾਹੀ ਮੈਂ ਕੀ ਕਰਨੀ ਹੈ। ਉਹਨੇ ਦੁਨੀਆਦਾਰੀ ਦੀ ਇਸ ਬਾਦਸ਼ਾਹੀ ਦੀ ਇੱਛਾ ਆਪਣੇ ਹਿਰਦੇ ਚ ਨਹੀਂ ਕੀਤੀ। ਤਿਆਗੀ ਲੈ ਬੇ ਉਹਨੇ ਮਾਨੀ, ਉਹਨੇ ਦੁਨੀਆਂ ਦੀ ਇਹ ਬਾਦਸ਼ਾਹੀ ਛੱਡ ਦਿੱਤੀ, ਤਿਆਗ ਦਿੱਤੀ। ਅਸੀਂ ਉਹਨੂੰ ਇਸ ਬਾਰੇ ਪ੍ਰਸਤਾਵ ਦਿੱਤਾ ਵੀ ਸੀ ਪਰ ਉਹਨੇ ਇਸ ਗੱਲ ਨੂੰ ਨਹੀਂ ਮੰਨਿਆ। ਉਹ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਦੀਨ ਧਰਮ ਦੀ ਬਾਦਸ਼ਾਹੀ ਬਖਸ਼ੋ, ਆਹ ਦੁਨੀਆਂ ਦੀ ਜਿਹੜੀ ਝੂਠੀ ਹੈ ਇਹਦੀ ਬਾਦਸ਼ਾਹੀ ਮੈਨੂੰ ਨਹੀਂ ਚਾਹੀਦੀ, ਜਿਹੜੀ ਕੇਵਲ ਚਾਰ ਦਿਨਾਂ ਦੀ ਹੈ। ਕਰੇ ਦੀਨ ਕੀ ਸਦ ਪਾਤਸ਼ਾਹੀ, ਉਹ ਕਹਿੰਦਾ ਮੈਂ ਸਦਾ ਦੀਨ ਦੀ ਪਾਤਸ਼ਾਹੀ ਕਰਦੀ ਹਾਂ ਤੇ ਹੁਣ ਉਹ ਕਰ ਵੀ ਰਿਹਾ। ਅਚਲ ਵਿਸਾਲ ਚਲੇ ਕਬ ਨਾਈ, ਇਹੋ ਜੀ ਅਚਲ ਪਦਵੀ ਅਸੀਂ ਦਾਰਾ ਸ਼ਿਕੋਹ ਨੂੰ ਦਿੱਤੀ ਹੈ ਜਿਹੜੀ ਕਦੇ ਚਲਾਏ ਮਾਨ ਨਹੀਂ ਹੋਵੇਗੀ। ਜਿਸ ਪਰ ਮੇਰ ਰੱਬ ਕੀ ਹੋਏ, ਔਰੰਗਜ਼ੇਬ ਜਿਹੜੀ ਪਦਵੀ ਦਾਰਾ ਸ਼ਿਕੋਹ ਨੂੰ ਮਿਲੀ ਹੈ ਇਹ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਖੁਰਾਵੰਦ ਪਰਮੇਸ਼ਰ ਕਿਰਪਾ ਕਰਦਾ ਉਹਨਾਂ ਨੂੰ ਇਹੋ ਜਿਹੀਆਂ ਪਦਵੀਆਂ ਪ੍ਰਾਪਤ ਹੁੰਦੀਆਂ ਜੋ ਦਾਰਾ ਸ਼ਿਕੋਹ ਨੂੰ ਮਿਲੀਆਂ ਨੇ। ਦਾਰਾ ਸ਼ਿਕੋਹ ਮਨਿੰਦੈ ਸੋਏ, ਦਾਰਾ ਸ਼ਿਕੋਹ ਦੇ ਮਨਿੰਦ ਪਦਵੀ ਮਿਲਦੀ ਹੈ, ਇਹੋ ਜਿਹੀ ਪਾਤਸ਼ਾਹੀ ਮਿਲਦੀ ਹੈ ਜਿਨ੍ਹਾਂ ਤੇ ਰੱਬ ਦਾ ਫਜ਼ਲ ਹੋਵੇ, ਰੱਬ ਦੀ ਕਿਰਪਾ ਹੋਵੇ। ਪਾਤਸ਼ਾਹਿਤ ਹਮ ਤੇ ਨੈ ਲੀਨੀ, ਅਸੀਂ ਉਹਨੂੰ ਸੰਸਾਰ ਦੀ ਪਾਤਸ਼ਾਹੀ ਦੇਣਾ ਚਾਹੁੰਦੇ ਸੀ ਪਰ ਉਹਨੇ ਨਹੀਂ ਲਈ, ਉਹ ਕਹਿੰਦਾ ਮੈਨੂੰ ਇਹ ਨਹੀਂ ਚਾਹੀਦੀ। ਲਈ ਦੀਨ ਕੀ ਸਲਤਨ ਪੀਨੀ, ਉਹਨੇ ਧਰਮ ਦੀ ਜਿਹੜੀ ਪਾਤਸ਼ਾਹੀ ਸਦੈਵੀ ਰਹਿਣ ਵਾਲੀ ਹੈ ਉਹ ਪ੍ਰਾਪਤ ਕੀਤੀ ਹੈ। ਜੇ ਦਿਲ ਸ਼ੁਭੈ ਤੁਮਾਰੇ ਲਏ, ਜੇ ਤੇਰੇ ਮਨ ਦੇ ਵਿੱਚ ਕੋਈ ਸ਼ੱਕ ਹੈ ਨਾ ਔਰੰਗਜ਼ੇਬ,
ਅਸੀਂ ਜਾਣਦੇ ਹਾਂ ਵੀ ਜਦੋਂ ਤੱਕ ਤੂੰ ਵੇਖਦਾ ਨਹੀਂ ਨਾ ਕਿਸੇ ਗੱਲ ਨੂੰ ਉਦੋਂ ਤੱਕ ਭਰੋਸਾ ਨਹੀਂ ਕਰਦਾ। ਜੇ ਤੇਰੇ ਮਨ ਦੇ ਵਿੱਚ ਕੋਈ ਸ਼ੱਕ ਸ਼ੁਬਾ ਹੈ ਕਿ ਦਾਰਾ ਸ਼ਿਕੋਹ ਨੂੰ ਪਾਤਸ਼ਾਹੀ ਖਬਰੇ ਮਿਲੀ ਹੈ ਕਿ ਨਹੀਂ ਮਿਲੀ, ਇਦਾਂ ਦਾ ਜੇ ਤੇਰੇ ਮਨ ਚ ਕੋਈ ਸ਼ੱਕ ਤੇ ਸੰਦੇਹ ਹੈ, ਦਾਰਾ ਸਲਤਨ ਨਹੀਂ ਕਿ ਦਾਰਾ ਸ਼ਿਕੋਹ ਨੂੰ ਸਲਤਨਤ ਮਿਲੀ ਹੈ ਕਿ ਨਹੀਂ ਮਿਲੀ, ਜੇ ਇਹ ਤੇਰੇ ਮਨ ਵਿੱਚ ਸ਼ੱਕ ਹੈ, ਤੂੰ ਤੁਝ ਖੁਆਬ ਬੀਚ ਦਿਖ ਰਾਵੇ ਪਾਤਸ਼ਾਹ, ਤੈਨੂੰ ਅਸੀਂ ਉਹ ਸਾਰਾ ਕੁਝ ਸੁਪਨੇ ਚ ਵਿਖਾ ਦਿਆਂਗੇ ਕਿ ਦਾਰਾ ਸ਼ਿਕੋਹ ਨੂੰ ਬਾਦਸ਼ਾਹੀ ਮਿਲੀ ਹੈ ਕਿ ਨਹੀਂ ਮਿਲੀ, ਉਹ ਤੈਨੂੰ ਸੁਪਨੇ ਵਿੱਚ ਸਭ ਕੁਝ ਪ੍ਰਤੱਖ ਕਰ ਦੇਵਾਂਗੇ। ਇਸ ਕੋ ਨਿਸ਼ਚਾ ਹਿਰਦੇ ਟਿਕਾਵੇ, ਪਰ ਜੇ ਤੂੰ ਨਿਸ਼ਚਾ ਟਿਕਾ ਲਵੇ ਆਪਣੇ ਮਨ ਚ ਤਾਂ ਹੀ ਐਸਾ ਸੰਭਵ ਹੈ। ਜਬ ਸੁਪ ਤੋ ਤੁਮ ਐਸੇ ਕਰਨਾ, ਤੂੰ ਵੇਖਣਾ ਚਾਹੁੰਦਾ ਕਿ ਔਰੰਗਜ਼ੇਬ ਸੁਣ, ਜਦੋਂ ਤੂੰ ਰਾਤ ਨੂੰ ਸੌਣ ਲੱਗੇ ਸੌਣ ਤੋਂ ਪਹਿਲਾਂ ਦਾਰਾ ਸ਼ਿਕੋਹ ਧਿਆਨ ਉਰ ਧਰਨਾ, ਦਾਰਾ ਸ਼ਿਕੋਹ ਨੂੰ ਯਾਦ ਕਰੀ, ਦਾਰਾ ਸ਼ਿਕੋਹ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰੀ। ਕਰੋ ਸੈਨ ਹੋਏ ਖੁਆਬ ਤੁਮਾਰੇ, ਜਦੋਂ ਤੂੰ ਸੌਵੇਂਗਾ ਸੌਣ ਤੋਂ ਬਾਅਦ ਤੈਨੂੰ ਇੱਕ ਖੁਆਬ ਆਵੇਗਾ, ਸੁਪਨਾ ਆਵੇਗਾ। ਭਲੋ ਬੁਰੋ ਸਭ ਲਿਓ ਨਿਹਾਰੇ, ਸੁਪਨੇ ਵਿੱਚ ਤੈਨੂੰ ਸਭ ਕੁਝ ਦਿਸ ਜਾਏਗਾ ਜੋ ਤੈਨੂੰ ਜਾਗਦਿਆਂ ਦਿਸਦਾ ਨਹੀਂ ਪਿਆ, ਉਹ ਸੁਪਨੇ ਵਿੱਚ ਤੈਨੂੰ ਸਾਰਾ ਕੁਝ ਨਜ਼ਰ ਪੈ ਜਾਏਗਾ, ਪਤਾ ਲੱਗ ਜਾਏਗਾ ਦਾਰਾ ਸ਼ਿਕੋਹ ਕੋਲ ਰਾਜ ਹੈ ਕਿ ਨਹੀਂ ਹੈ, ਤੇਰੀ ਕੀ ਹਾਲਤ ਹੈ ਉੱਥੇ ਦੀਨ ਮਜਰ ਦੇ ਰਾਜ ਦੇ ਵਿੱਚ, ਤੇਰੀ ਕੀ ਦਸ਼ਾ ਹੈ, ਉਹ ਵੀ ਤੈਨੂੰ ਸਭ ਕੁਝ ਦਿਸ ਜਾਏਗਾ ਜਦੋਂ ਤੂੰ ਸੁਪਨਾ ਵੇਖੇਗਾ। ਕਰੋ ਕਪਟ ਕੱਟ ਦੇਹੋ ਮਿਟਾਏ, ਔਰ ਜਿਹੜਾ ਇਹ ਕਪਟ ਕਰਦਾ ਨਾ ਛਲ, ਇਹ ਛਲ ਕਪਟ ਫਿਰ ਛੱਡ ਦੇਈਂ ਸੁਪਨਾ ਵੇਖਣ ਤੋਂ ਬਾਅਦ, ਤੈਨੂੰ ਸੱਚਾਈ ਵਿਖਾਵਾਂਗੇ ਸੁਪਨੇ ਜੋ ਸੱਚ ਹੈ, ਪਰ ਉਹਨੂੰ ਵੇਖਣ ਤੋਂ ਬਾਅਦ ਇਹ ਛਲ ਫਰੇਬ ਕਪਟ ਛੱਡ ਦੇਵੇ। ਜਾਣੋ ਸਭ ਕੋ ਏਕ ਖੁਦਾਏ, ਔਰ ਜਾਣ ਲਈ ਕਿ ਸਭ ਦਾ ਮਾਲਕ ਇੱਕ ਖੁਦਾ ਹੈ, ਸਭ ਦਾ ਮਾਲਕ ਸਵਾਮੀ ਇੱਕੋ ਖੁਦਾ ਹੈ। ਇਤਿਆਦਕ ਲਿਖ ਗੁਰੂ ਪਠਾਇਓ, ਇਤਿਆਦਕ ਚਿੱਠੀ ਲਿਖ ਕੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਔਰੰਗੇ ਨੂੰ ਭੇਜੀ। ਕਾਸਦ ਲੈ ਅਵ ਰੰਗ ਪੈ ਆਇਓ, ਕਾਸਦ ਕਾਸਦ ਕਹਿੰਦੇ ਨੇ ਹਲਕਾਰੇ ਨੂੰ, ਹਲਕਾਰਾ ਉਹ ਚਿੱਠੀ ਲੈ ਕੇ ਨੁਰੰਗੇ ਦੇ ਕੋਲ ਆਇਆ। ਲੇਕਰ ਪਟਿਓ ਤਬੇ ਬਾਦਸ਼ਾਹ, ਨੁਰੰਗੇ ਨੇ ਉਹ ਚਿੱਠੀ ਲੈ ਕੇ ਪੜ੍ਹੀ ਹੈ। ਦਾਰਾ ਕੀ ਜਿਸ ਵਿਖੇ ਸਲਾਹ, ਉਹਦੇ ਵਿੱਚ ਦਾਰਾ ਸ਼ਿਕੋਹ ਦੀ ਸਿਫਤ ਲਿਖੀ ਹੋਈ ਸੀ। ਸਿਫਤ ਕੀ ਮਤਲਬ, ਜੋ ਸੱਚਾਈ ਸੀ ਮਹਾਰਾਜ ਜੀ ਨੇ ਉਹ ਲਿਖੀ ਹੈ ਕਿ ਦਾਰਾ ਸ਼ਿਕੋਹ ਨੂੰ ਦੀਨ ਮਜ਼ਹਬ ਦੀ ਬਾਦਸ਼ਾਹੀ ਮਿਲੀ, ਜਿਹੜੀ ਅਚੱਲ ਹੈ, ਜਿਹੜੀ ਸਦੈਵੀ ਰਹਿੰਦੀ ਹੈ, ਉਹ ਬਾਦਸ਼ਾਹ ਨੂੰ ਪਦਵੀ ਮਿਲੀ ਆ ਦਾਰਾ ਸ਼ਿਕੋਹ ਨੂੰ। ਜਦੋਂ ਨਰੰਗੇ ਨੇ ਉਸ ਚਿੱਠੀ ਚ ਦਾਰਾ ਸ਼ਿਕੋਹ ਦੇ ਸੰਬੰਧ ਵਿੱਚ ਇਹ ਕੁਝ ਪ੍ਰਸ਼ੰਸਾ ਭਰੇ ਬੋਲ ਪੜ੍ਹੇ, ਜਰੇ ਉਹ ਰਿਦੇ ਰਿਸ ਕਰਤ ਬਢੇਰੀ, ਇਹਦੇ ਵਾਸਤੇ ਦਾਰਾ ਸ਼ਿਕੋਹ ਬੜਾ ਵੱਡਾ ਦੁਸ਼ਮਣ ਸੀ। ਇੱਕਦਮ ਇਹਦਾ ਹਿਰਦਾ ਗੁੱਸੇ ਨਾਲ ਭਰ ਗਿਆ ਨੁਰੰਗੇ ਦਾ, ਉਸੇ ਵਕਤ ਕ੍ਰੋਧ ਦੇ ਨਾਲ ਇਹਦਾ ਹਿਰਦਾ ਇਹਦੀ ਛਾਤੀ ਸੜਨ ਲੱਗੀ। ਬਸ ਕੁਛ ਚੱਲੇ ਨਹੀਂ ਤਿਸ ਬੇਰੀ, ਇੰਨਾ ਖਿਰਜਿਆ ਨੁਰੰਗਾ ਕਿ ਇਹਦਾ ਕੋਈ ਵਸ ਨਹੀਂ ਚੱਲਿਆ ਉਸ ਵਕਤ। ਅਬ ਪੀ ਮੁਝ ਕੋ ਕੱਛ ਨਾ ਜਾਣਾ, ਗੁਰੂ ਹਰਿ ਰਾਏ ਸਾਹਿਬ ਜੀ ਦੀ ਇੰਨੀ ਤਾਕਤ ਹੈ
ਕਿ ਉਹ ਹਾਲੇ ਵੀ ਮੈਨੂੰ ਕੁਝ ਨਹੀਂ ਸਮਝਦੇ। ਮੈਂ ਏਡਾ ਵੱਡਾ ਬਾਦਸ਼ਾਹ ਹਿੰਦੁਸਤਾਨ ਦਾ, ਉਹ ਮੈਨੂੰ ਹਾਲੇ ਵੀ ਕੁਝ ਨਹੀਂ ਸਮਝਦੇ। ਕਹਿੰਦੇ ਦਾਰਾ ਸ਼ਕੋਹ ਕੋਲ ਬੜੀ ਵੱਡੀ ਪਦਵੀ ਹੈ, ਉਹਦੇ ਕੋਲ ਅਚਲ ਪਦਵੀ ਹੈ, ਤੇ ਮੈਨੂੰ ਉਹਦੇ ਸਾਹਮਣੇ ਕੱਖ ਨਹੀਂ ਸਮਝਦੇ। ਸਕਲ ਜਗਤ ਕੋ ਭਾ ਸੁਲਤਾਨਾ, ਮੈਂ ਸਾਰੇ ਜਗਤ ਦਾ, ਪੂਰੇ ਹਿੰਦੁਸਤਾਨ ਦਾ ਇਸ ਵੇਲੇ ਸੁਲਤਾਨ ਹਾਂ। ਲਿਖੀ ਸਿਫਤ ਦਾਰੇ ਕੀ ਫੇਰ, ਗੁਰੂ ਹਰ ਰਾਏ ਸਾਹਿਬ ਨੇ ਦਾਰਾ ਸ਼ਕੋਹ ਦੀ ਸਿਫਤ ਲਿਖੀ ਹੈ, ਮੇਰੇ ਸਬੰਧ ਚ ਕੋਈ ਸਿਫਤ ਦੇ ਬੋਲ ਹੀ ਨਹੀਂ ਲਿਖੇ। ਮੇਰੀ ਵਡਿਆਈ ਵਾਸਤੇ ਉਹਨਾਂ ਨੇ ਕੁਝ ਵੀ ਲਿਖ ਕੇ ਨਹੀਂ ਭੇਜਿਆ। ਸ਼ਰਾ ਵੈਰ ਲੱਖ ਮਾਰਿਓ ਗੇਰ, ਐ ਦਾਰਾ ਸ਼ਕੋਹ ਨੂੰ ਸ਼ਰਾ ਤੋਂ ਬਾਹਰ ਜਾਣ ਕੇ ਉਹਨੂੰ ਮਾਰ ਦਿੱਤਾ, ਉਹਦਾ ਕਤਲ ਕਰ ਦਿੱਤਾ। ਕਿਮ ਗਿਣਤੀ ਮਨ ਗਿਣਤ ਵਿਸਾਲਾ, ਇਹ ਕਹਿੰਦੇ ਨੇ ਦਾਰਾ ਸ਼ਕੋਹ ਨੂੰ ਅਸੀਂ ਅਚਲ ਪਦਵੀ ਦਿੱਤੀ ਹੈ। ਇਹੋ ਜੀ ਕਿਹੜੀ ਅਚਲ ਪਦਵੀ ਜਿਹੜੀ ਦਾਰਾ ਸ਼ਕੋਹ ਨੂੰ ਮਿਲੀ, ਮੈਨੂੰ ਨਹੀਂ ਮਿਲੀ। ਮੈਂ ਬਾਦਸ਼ਾਹ ਹੋਵਾਂ, ਮੇਰੀ ਫਿਰ ਵੀ ਤੁਹੀਨ ਹੋ ਰਹੀ ਹੈ। ਉਹ ਮਰਨ ਤੋਂ ਬਾਅਦ ਵੀ ਸਿਫਤ ਕਰਵਾ ਰਿਹਾ ਆਪਣੇ ਦਾਰਾ ਸ਼ਕੋਹ। ਇਹ ਸੋਚ ਕੇ ਆਪਣੇ ਮਨ ਦੇ ਵਿੱਚ ਹੈਰਾਨ ਵੀ ਹੁੰਦਾ ਹੈ। ਨਿਸਾ ਪਈ ਪਾਸੁਪਤਨ ਕਾਲਾ, ਜਦੋਂ ਰਾਤ ਪਈ ਤੇ ਰਾਤ ਨੂੰ ਸੌਣ ਵੇਲੇ ਤਾਰਾ ਤੋਂ ਚਿਤਵਤ ਰਿਸ ਧਰੇ, ਹੁਣ ਪਰਮੇਸ਼ਰ ਵੱਲੋਂ ਇਹਦੇ ਅੰਦਰ ਚਿਤਵਨੀ ਦਾਰਾ ਸ਼ਕੋਹ ਦੀ ਚੱਲ ਰਹੀ ਸੀ। ਦਾਰਾ ਸ਼ਕੋਹ ਮਰਨ ਤੋਂ ਬਾਅਦ ਵੀ ਲੋਕਾਂ ਦੀ ਨਿਗਾਹ ਧੀਰੋ ਹੈ ਵੀ ਮੈਂ ਉਹਨੂੰ ਸ਼ਰ੍ਹਾਂ ਤੋਂ ਬਾਹਰ ਕੱਢ ਕੇ ਮਾਰਿਆ, ਬਦਨਾਮ ਕਰਕੇ ਮਾਰਿਆ, ਵੀ ਦਾਰਾ ਸ਼ਕੋਹ ਨੇ ਸ਼ਰ੍ਹਾਂ ਦੇ ਨਿਯਮ ਨਹੀਂ ਮੰਨੇ। ਪਰ ਉਹ ਬੰਦਾ ਮਰਨ ਤੋਂ ਬਾਅਦ ਵੀ ਹਲੇ ਜੀਵਦਾ, ਉਹ ਤਾਂ ਮਰਨ ਤੋਂ ਬਾਅਦ ਵੀ ਇੱਕ ਹਿਸਾਬ ਦਾ ਜੀ ਰਿਹਾ ਨਾ। ਲੋਕ ਉਹਦੀ ਸ਼ੋਭਾ ਕਰਦੇ ਨੇ, ਉਹਦੀ ਸ਼ੋਹਰਤ ਕਰਦੇ ਨੇ। ਇਹ ਮਨ ਹੀ ਮਨ ਕ੍ਰਿਧ ਰਿਹਾ ਮੰਜੇ ਤੇ ਪਿਆ ਹੋਇਆ, ਦਾਰਾ ਸ਼ਕੋਹ ਨੂੰ ਯਾਦ ਕਰਦਾ। ਰੁਚਿਰ ਪ੍ਰਿਅੰਕ ਪੋਟ ਭੋ ਕਰੇ, ਬੜਾ ਵਧੀਆ ਫਲਗਾ ਔਰੰਗੇ ਦਾ ਜਿਹਦੇ ਤੇ ਲੇਟਿਆ ਹੋਇਆ। ਪਇਓ ਨੀਂਦ ਬਸ ਸੁਪਨੋ ਆਇਓ, ਜਦੋਂ ਇਹ ਨੀਂਦ ਬਸ ਹੋਇਆ, ਨੀਂਦ ਬਸ ਹੁੰਦਿਆਂ ਔਰੰਗੇ ਨੂੰ ਸੁਪਨਾ ਆਇਆ। ਦਾਰਾ ਸ਼ਕੋਹ ਨੂਰ ਦਰਸਾਇਓ, ਸੁਪਨੇ ਵਿੱਚ ਇਹਨੂੰ ਦਾਰਾ ਸ਼ਕੋਹ ਦਾ ਜਲਾਲ ਦਿਸਿਆ। ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ, ਉਹ ਖੇਡ ਵਰਤ ਗਈ, ਜਦੋਂ ਸੁੱਤਾ ਤੇ ਸੁਪਨੇ ਦੇ ਵਿੱਚ ਇਹਨੇ ਦਾਰਾ ਸ਼ਕੋਹ ਦਾ ਇੱਕ ਜਲਾਲ, ਇੱਕ ਨੂਰ ਤੱਕਿਆ। ਬੈਠੇ ਉਹ ਤਖਤ ਛਤਰ ਸਿਰ ਟੁਰੇ, ਕੀ ਵੇਖਦਾ ਦਾਰਾ ਸ਼ਕੋਹ? ਇੱਕ ਬੜਾ ਪ੍ਰਕਾਸ਼ ਵਾਲਾ ਛਤਰ ਹੈ, ਤਖਤ ਹੈ, ਉਹਦੇ ਤੇ ਬੈਠਾ ਹੋਇਆ। ਔਰ ਦਾਰਾ ਸ਼ਕੋਹ ਦੇ ਸਿਰ ਦੇ ਉੱਤੇ ਇੱਕ ਛਤਰ ਝੁੱਲ ਰਿਹਾ ਤੇ ਚਬਰ ਝੁਲਾਇਆ ਜਾ ਰਿਹਾ। ਮਹਾਜਲੂਸ ਚੋਂ ਦਿਸ਼ ਕਰੇ, ਬੜਾ ਜਲਸਾ, ਉਹਦਾ ਬੜਾ ਜਲਾਲ ਹੈ ਚਾਰੇ ਪਾਸੇ। ਪੂਰਾ ਅਨਿਕ ਸਰੋਗਨ ਗਾਵੇ, ਦਾਰਾ ਸ਼ਕੋਹ ਦੇ ਸਾਹਮਣੇ ਕਈ ਹੂਰਾਂ ਗੀਤ ਗਾ ਰਹੀਆਂ ਨੇ। ਸਰੋਦਰ ਕਹਿੰਦੇ ਨੇ ਗੀਤ ਨੂੰ, ਉਹ ਗੀਤ ਗਾ ਰਹੀਆਂ ਹਨ। ਅਨਕ ਭਾਵ ਕਰ ਤਾਨ ਰਿਝਾਵੇ, ਕਈ ਤਰ੍ਹਾਂ ਦੀਆਂ ਤਾਨਾਂ ਦੀ ਮਿਲਤ ਕਰ ਕਰਕੇ ਉਹ ਦਾਰਾ ਸ਼ਕੋਹ ਨੂੰ ਪ੍ਰਸੰਨ ਕਰ ਰਹੀਆਂ ਨੇ, ਗਵਈਏ ਬਣ ਕੇ ਗਾਉਂਦੀਆਂ ਹੋਈਆਂ। ਤੁਰਤ ਚਮਰ ਚੋਂ ਦਿਸ਼ ਚੱਲ ਚਾਲਾ, ਦਾਰਾ ਸ਼ਕੋਹ ਦੇ ਬਾਦਸ਼ਾਹੀ ਛਤਰ ਜਿਵੇਂ ਸਿਰ ਤੇ ਝੁਲਦਾ, ਛਤਰ ਝੁੱਲ ਰਿਹਾ ਤੇ ਚਬਰ ਵੀ ਉਹਨੂੰ ਝੁਲਾਇਆ ਜਾ ਰਿਹਾ ਚਾਰੇ ਪਾਸਿਓਂ। ਚਮਤਕਾਰ ਹੋਇਓ
ਰਹੋ ਉਜਾਲਾ। ਪ੍ਰਕਾਸ਼ ਹੈ, ਰੋਸ਼ਨੀ ਰੋਸ਼ਨੀ ਹੈ, ਜਿਵੇਂ ਕਰੋੜਾਂ ਸੂਰਜਾਂ ਦੀ ਰੋਸ਼ਨੀ ਹੁੰਦੀ ਹੈ, ਏਦਾਂ ਦੀ ਰੋਸ਼ਨੀ ਹੈ ਦਾਰਸ਼ਕੋ ਦੇ ਤਖ਼ਤ ਦੇ ਉੱਤੇ ਬੈਠੇ ਦੀ। ਦਾਸ ਅਨੇਕ ਖਰੇ ਕਰ ਜੋੜੇ, ਸੈਂਕੜੇ ਨੌਕਰ ਚਾਕਰ ਦਾਸ ਦਾਰਸ਼ਕੋ ਦੇ ਸਾਹਮਣੇ ਹੱਥ ਜੋੜ ਕੇ ਖੜੇ ਨੇ। ਆਇਸ ਦੇਤ ਕਰਤ ਸੋ ਦੋਰੇ, ਦਾਰਸ਼ਕੋ ਤਖ਼ਤ ਤੇ ਬੈਠਾ ਜੋ ਹੁਕਮ ਕਰਦਾ ਉਹ ਭੱਜ ਕੇ ਕਰਦੇ ਨੇ, ਜੋ ਹੁਕਮ ਫਰਮਾਉਂਦਾ ਉਸੇ ਵੇਲੇ ਉਹਦੇ ਹੁਕਮ ਦੀ ਪਾਲਣਾ ਕਰਦੇ ਨੇ। ਚੌਂ ਦਿਸ਼ ਬਿਤਰੀ ਸ਼ੋਭ ਬਿਸਾਲਾ, ਚਾਰੇ ਪਾਸੇ ਦਾਰਸ਼ਕੋ ਦੀ ਬੜੀ ਸੋਭਾ ਬਿਥਰੀ ਹੈ, ਬੜੀ ਸੋਭਾ ਫੈਲੀ ਹੈ। ਜੋ ਆ ਚਾਰੂ ਅਤਰ ਖੁਸ਼ਬੋਏ, ਸੁੰਦਰ ਚੰਦਨ ਦਾ ਚਰਚਣ ਕੀਤਾ, ਖੁਸ਼ਬੂਦਾਰ ਵਸਤੂਆਂ ਦਾ ਛਿੜਕਾਵ ਕੀਤਾ ਹੋਇਆ। ਮਹਿਕਤ ਚੌਂਦਿਸ਼ ਆਨੰਦ ਹੋਵੇ, ਬੜੀਆਂ ਮਹਿਕਾਂ ਦੀਆਂ ਲਪਟਾਂ ਉੱਠ ਰਹੀਆਂ ਨੇ, ਉੱਥੇ ਮਹਿਕ ਹੀ ਮਹਿਕ ਪੈਦਾ ਹੋ ਰਹੀ ਹੈ। ਕੰਚਨ ਕੋ ਮੰਦਰ ਮਨ ਖਚੇ, ਹੋਰ ਸੋਨੇ ਦੇ ਮੰਦਰ ਬਣੇ ਹੋਏ ਨੇ ਜਿੱਥੇ ਦਾਰਸ਼ਕੋ ਬੈਠਾ, ਉਹ ਜਿਹੜਾ ਮੰਦਰ ਹੈ ਮਕਾਨ ਹੈ ਜਿੱਥੇ ਉਹ ਬੈਠਾ ਹੈ ਕਿਲਾ ਨੁਮਾ, ਉਹ ਸੋਨੇ ਦਾ ਬਣਿਆ ਹੋਇਆ ਹੈ। ਜਿਸ ਮੈਂ ਖੱਗ ਮ੍ਰਿਗ ਸੁੰਦਰ ਰਚੇ, ਉਸ ਸੋਨੇ ਦੇ ਮੰਦਰ ਵਿੱਚ ਜਿਹੜੀਆਂ ਦੀਵਾਰਾਂ ਨੇ ਉਹਨਾਂ ਤੇ ਪੰਛੀ ਬਣੇ ਹੋਏ ਨੇ ਸੋਨੇ ਦੇ। ਬਹੁਤ ਸਾਰੇ ਕਹਿੰਦੇ ਮ੍ਰਿਗ ਹਿਰਨ ਬਣੇ ਹੋਏ ਨੇ, ਸ਼ੇਰ ਬਣੇ ਹੋਏ ਨੇ, ਬੜੀਆਂ ਸੋਹਣੀਆਂ ਚਿੱਤਰਕਾਰੀਆਂ ਉਹਨਾਂ ਸੋਨੇ ਦੀਆਂ ਦੀਵਾਰਾਂ ਤੇ ਕੀਤੀਆਂ ਹੋਈਆਂ ਨੇ। ਨੋਬਤ ਨਾਦ ਹੋਤ ਮੁਦਕਾਰੀ, ਬੜਾ ਨਾਦ ਹੋ ਰਿਹਾ ਉੱਥੇ, ਬੜੀ ਸੁੰਦਰ ਆਵਾਜ਼ ਸੁਣਾਈ ਦੇ ਰਹੀ ਹੈ। ਜੋਂ ਦਿਸ਼ ਸੁਜਸ ਕਰਤ ਬਹੁ ਖਰੇ, ਚਾਰੇ ਪਾਸੇ ਅਨੇਕਾਂ ਲੋਕ ਖਲੋਤੇ ਦਾਰਸ਼ਕੋ ਦਾ ਸੁਜਸ ਕਰ ਰਹੇ ਨੇ, ਦਾਰਸ਼ਕੋ ਦੀ ਸੋਭਾ ਕਰ ਰਹੇ ਨੇ। ਦਾਰਸ਼ਕੋ ਹੁਕਮ ਕੋ ਕਰੇ, ਦਾਰਸ਼ਕੋ ਉਹਨਾਂ ਸਾਰਿਆਂ ਤੇ ਹੁਕਮ ਕਰ ਰਿਹਾ, ਬਾਦਸ਼ਾਹ ਬਣ ਕੇ ਬੈਠਾ ਔਰ ਸਭ ਦੇ ਉੱਤੇ ਦਾਰਸ਼ਕੋ ਦਾ ਹੁਕਮ ਚੱਲ ਰਿਹਾ। ਬਹੁਤ ਬਾਇਨੀ ਪਟ ਬਰੇ ਆਰੇ, ਫੌਜ ਬੜੀ ਵੱਡੀ ਦਾਰਸ਼ਕੋ ਦੀ, ਬੜੇ ਬੜੇ ਸ਼ਸਤਰ ਧਾਰੀ ਸੂਰਮੇ ਉਹ ਦਾਰਸ਼ਕੋ ਦੇ ਅਧੀਨ ਹੋ ਕੇ ਖੜੇ ਨੇ। ਵਾਹਨ ਅਨੇਕ ਪ੍ਰਕਾਰ ਸ਼ਿੰਗਾਰੇ, ਸੈਂਕੜੇ ਘੋੜੇ ਹਾਥੀ ਰੱਥ ਪਾਲਕੀਆਂ ਉਹ ਉੱਥੇ ਲੈਣ ਲਾ ਕੇ ਕਤਾਰਾਂ ਦੇ ਵਿੱਚ ਖੜੇ ਕੀਤੇ ਹੋਏ ਨੇ। ਤਨਿਓ ਬਿਤਾਨ ਦੇਖ ਮਨ ਮੋਹਤ, ਦਾਰਸ਼ਕੋ ਜਿੱਥੇ ਬੈਠਾ ਉਹਦੇ ਉੱਤੇ ਚੰਦੋਆ ਤਾਣਿਆ ਹੋਇਆ, ਸੱਜੇ ਖੱਬੇ ਕਨਾਤਾਂ ਤਾਣੀਆਂ ਹੋਈਆਂ ਨੇ, ਬੜੇ ਕਮਾਲ ਦੀ ਸੋਭਾ ਹੈ ਜੋ ਔਰੰਗਜ਼ੇਬ ਵੇਖ ਵੇਖ ਕੇ ਹੈਰਾਨ ਹੋ ਰਿਹਾ ਸੁਪਨੇ ਵਿੱਚ। ਸਰਬ ਸਮਾਜ ਸ਼ੋਭ ਤੇ ਸੋਹਤ, ਸਾਰਾ ਸਾਜੋ ਸਮਾਜ ਜਿਹੜਾ ਉਹ ਬੜੀ ਸ਼ੋਭਾ ਪਾ ਰਿਹਾ। ਆਪਨ ਕੋ ਪੁਨ ਪਿਖ ਬਿਕਰਾਲਾ, ਉਹ ਸਾਰਾ ਕੁਝ ਵੇਖ ਰਿਹਾ ਉੱਥੇ, ਔਰੰਗਜ਼ੇਬ ਵੀ ਮੌਜੂਦ ਹੈ ਉੱਥੇ, ਇਹਨੇ ਫਿਰ ਆਪਣਾ ਆਪ ਵੀ ਵੇਖਿਆ ਔਰੰਗਜ਼ੇਬ ਨੇ ਸੁਪਨੇ ਚ ਉੱਥੇ, ਦਾਰਸ਼ਕੋ ਵੀ ਵੇਖਿਆ, ਉਹਦਾ ਪ੍ਰਤਾਪ ਵੇਖਿਆ, ਜਲਸਾ ਵੇਖਿਆ, ਤੇ ਫਿਰ ਇਹਨੇ ਆਪਣਾ ਆਪ ਵੀ ਵੇਖਿਆ, ਇਹ ਵੀ ਉੱਥੇ ਖੜਾ ਹੈ। ਬੇਸ ਮਲੀਨ ਰੂਪ ਚੰਡਾਲਾ, ਇਹਨੇ ਕੀ ਵੇਖਿਆ ਵੀ ਇਹਦਾ ਸਰੂਪ ਬੜਾ ਮੈਲਾ ਤੇ ਕੁਝ ਆ ਜਿਹਾ, ਜਿਹੜਾ ਚੰਡਾਲ ਦਾ ਜਨਮ ਹੁੰਦਾ ਨਾ, ਉਹ ਚੰਡਾਲ ਦੇ ਜਨਮ ਵਾਲੀ ਇਹਦੀ ਜੂਨੀ ਹੈ। ਪਰੇ ਉਹ ਟੋਕਰਾ ਵਿਸ਼ਟਾ ਸਾਥ, ਜਿਹੜੀ ਵਿਸ਼ਟਾ ਹੁੰਦੀ ਹੈ ਬੰਦਿਆਂ ਦੀ, ਭੋਜਨ ਛਕਣ ਤੋਂ ਬਾਅਦ ਜੋ ਮਲ ਤਿਆਗਿਆ ਜਾਂਦਾ ਉਹ ਵਿਸ਼ਟਾ,
ਉਹ ਵਿਸ਼ਤਾ ਦਾ ਇੱਕ ਟੋਕਰਾ ਭਰਿਆ ਹੋਇਆ ਔਰੰਗੇ ਦੇ ਸਿਰ ਤੇ ਭਰਿਆ ਹੋਇਆ ਵੇਖ ਰਿਹਾ ਔਰੰਗਾ ਸਭ ਕੁਝ। ਵਿਸ਼ਤਾ ਦਾ ਮਲ ਦਾ ਗੰਦਗੀ ਦਾ ਭਰਿਆ ਹੋਇਆ ਟੋਕਰਾ ਉਹ ਨੁਰੰਗੇ ਦੇ ਸਿਰ ਦੇ ਉੱਤੇ ਹੈ। ਉੱਪਰ ਸੋਂ ਬਰਖਾ ਜਲ ਪਰੇ ਉੱਤੋਂ ਮੀਂਹ ਪੈ ਰਿਹਾ ਔਰੰਗਾ ਵੇਖ ਰਿਹਾ ਉੱਤੋਂ ਮੀਂਹ ਪੈ ਰਿਹਾ। ਚੱਖਮੁੱਖ ਪਰਸੋ ਵਿਸ਼ਤਾ ਟਰੇ ਮੀਂਹ ਪੈਣ ਕਰਕੇ ਜਿਹੜੀ ਉਹ ਵਿਸ਼ਤਾ ਹੈ ਉਹ ਗੰਦਗੀ ਹੈ ਉਹ ਪਾਣੀ ਨਾਲ ਇਹਦੀਆਂ ਅੱਖਾਂ ਵਿੱਚ ਇਹਦੇ ਮੂੰਹ ਤੇ ਇਹਦੇ ਸਰੀਰ ਤੇ ਪੈ ਰਹੀ ਹੈ। ਤੈ ਇਸ ਕੀ ਦਿਸ਼ ਦੌਰ ਤੇ ਆਏ ਉੱਥੇ ਪਹੁੰਚਿਆ ਉਸੇ ਕਚਹਿਰੀ ਚ ਦੋ ਬੰਦੇ ਜਿਨ੍ਹਾਂ ਦੇ ਹੱਥ ਵਿੱਚ ਵੱਡੇ ਵੱਡੇ ਸਲੋਤਰ ਡਾਂਗਾਂ ਫੜੀਆਂ ਹੋਈਆਂ ਸੀ ਉਹਨਾਂ ਨੇ ਉਹ ਦੌੜੇ ਆਏ ਰੰਗ ਜੇਬ ਵਾਲੇ ਪਾਸੇ ਮਾਰ ਲਸ਼ਟ ਕਾ ਦਿਓ ਹਟਾਏ ਆਉਂਦਿਆਂ ਨੇ ਨੁਰੰਗੇ ਦੇ ਪੰਜ ਸੱਤ ਡਾਂਗਾਂ ਸੁੱਟੀਆਂ ਕੁੱਟਿਆ ਇਹਨੂੰ ਦੌੜ ਇੱਥੋਂ ਪਾਪੀਆ ਤੂੰ ਇੱਥੇ ਕੀ ਕਰਦਾ ਖਲੋਤਾ ਬਾਦਸ਼ਾਹ ਦਾਰਾ ਸ਼ਕੋਹ ਦੀ ਸਭਾ ਦੇ ਵਿੱਚ ਤੇਰਾ ਇੱਥੇ ਕੀ ਕੰਮ ਹੈ। ਕਹਿੰਦੇ ਸੋਟੀਆਂ ਮਾਰ ਕੇ ਡਾਂਗਾ ਮਾਰ ਕੇ ਇਹਨੂੰ ਉੱਥੋਂ ਭਜਾਇਆ ਤਾੜਨਾ ਕਰਕੇ ਹੱਟੇ ਉਤਾਂ ਤੇ ਤਿੰਨ ਕੋ ਮਾਰੇ ਉਹਨਾਂ ਦੀ ਮਾਰ ਖਾ ਕੇ ਦੌੜਨ ਲੱਗਾ ਉੱਥੋਂ ਮੁੜਨ ਲੱਗਾ ਬਿਸਲਤ ਮੰਦ ਮੰਦ ਪਦ ਧਾਰਿਓ ਫਿਸਲਦਾ ਪੈਰ ਇਹਦੇ ਸਲਿਪ ਕਰਦੇ ਨੇ ਫਿਸਲਦਾ ਹੌਲੇ ਹੌਲੇ ਪੈਰ ਧਰਦਾ ਉਨ ਸੋ ਮਾਰਤ ਕਰਤ ਪਲਾਇਨ ਉੱਥੋਂ ਨਾਲ ਡਾਂਗਾ ਮਾਰ ਕੇ ਕੁੱਟਦੇ ਨੇ ਨੁਰੰਗੇ ਨੂੰ ਇਹ ਪਿੱਛੇਓਂ ਡਾਂਗਾ ਖਾਂਦਾ ਅੱਗੇ ਅੱਗੇ ਦੌੜਦਾ ਜਾਂਦਾ ਹੈ। ਦੀਨ ਨਿਬਲ ਤੇ ਭਾਜਿਓ ਨਾ ਜਾਏ ਸਰੀਰ ਇਹਦਾ ਸਾਥ ਨਹੀਂ ਦਿੰਦਾ ਭਜਿਆ ਨਹੀਂ ਜਾਂਦਾ ਸੁਪਨੇ ਚ। ਸੁਪਨੇ ਚ ਅਕਸਰ ਏਦਾਂ ਹੁੰਦਾ ਵੀ ਬੰਦਾ ਭੱਜਣਾ ਚਾਹੁੰਦਾ ਭੱਜ ਨਹੀਂ ਪਾਉਂਦਾ ਇਹ ਭੱਜਣਾ ਚਾਹੁੰਦਾ ਪਰ ਦੀਨ ਹੈ ਨਿਬਲ ਹੈ ਇਹਦੇ ਕੋਲੋਂ ਦੌੜਿਆ ਨਹੀਂ ਪਿਆ ਜਾਂਦਾ। ਭੇਸ ਭਿਆਨਕ ਪੈ ਤਰ ਪਾਰੀ ਬੜਾ ਭਿਆਨਕ ਭੇਸ ਇਹਦਾ ਵਿਕਰਾਲ ਰੂਪ ਇਹ ਵੇਖ ਵੇਖ ਕੇ ਡਰ ਰਿਹਾ। ਭਾਜਤ ਗਮਨਿਓ ਗਿਰਿਓ ਅਗਾਰੀ ਭੱਜਦਿਆਂ ਭੱਜਦਿਆਂ ਅੱਗੇ ਜਾ ਕੇ ਕਿਤੇ ਇਹਦਾ ਪੈਰ ਫਿਸਲਿਆ ਤੇ ਧੜੰਮ ਦੇ ਕੇ ਡਿੱਗ ਪਿਆ। ਤਬ ਹੀ ਖੁੱਲੇ ਬਿਲੋਚਨ ਜਾਗਾ ਡਿੱਗਾ ਤੇ ਇਕਦਮ ਇਹਦੀਆਂ ਅੱਖਾਂ ਖੁੱਲੀਆਂ ਡਰ ਗਿਆ ਪਸੀਨੋ ਪਸੀਨੀ ਹੋਇਆ ਫਿਰ ਇਹ ਨੁਰੰਗਾ ਪਿਆ ਪਲਗੇ ਤੇ ਸੀ ਸੱਜੇ ਖੱਬੇ ਵੇਖਦਾ ਸਿਰ ਵੇਖਦਾ ਮੂੰਹ ਵੇਖਦਾ ਆਪਣਾ ਸਰੀਰ ਵੇਖਦਾ ਇੱਦਾਂ ਡਰ ਕੇ ਬੜਾ ਜ਼ਿਆਦਾ ਭੈ ਭੀਤ ਹੋ ਕੇ ਨੁਰੰਗਾ ਅੱਖਾਂ ਖੋਲੀਆਂ ਇਹਨੇ ਪਲਗੇ ਤੇ ਜਾਗਿਆ। ਸ਼੍ਰੀ ਗੁਰ ਕੇ ਬਚ ਸਿਮਰਨ ਲਾਗਾ ਤੇਰੇ ਨੂੰ ਗੁਰੂ ਹਰਿ ਰਾਏ ਸਾਹਿਬ ਜੀ ਦੇ ਬਚਨ ਚੇਤੇ ਆਏ ਉਹਨਾਂ ਨੇ ਕਿਹਾ ਸੀ ਤੈਨੂੰ ਸੁਪਨੇ ਚ ਵਿਖਾਵਾਂਗੇ ਸਭ ਕੁਝ ਇਹਨੂੰ ਮਹਾਰਾਜ ਜੀ ਦੇ ਬਚਨ ਚੇਤੇ ਆਏ। ਲਿਖ ਜੋ ਪਠਿਓ ਸੋ ਮੁਝ ਸੋ ਹਯੋ ਗੁਰੂ ਜੀ ਨੇ ਜੋ ਲਿਖ ਕੇ ਭੇਜਿਆ ਸੀ ਉਹੀ ਸਭ ਕੁਝ ਮੇਰੇ ਨਾਲ ਹੋਇਆ ਵਰਤਿਆ ਮੈਨੂੰ ਸੁਪਨੇ ਚ ਦਾਰਾ ਸ਼ਕੋ ਦਾ ਪ੍ਰਤਾਪ ਦਿਸਿਆ। ਬਹੁਤ ਬਿਸੂਰਤ ਸੰਕਟ ਪਯੋ ਉਹਦਾ ਮਨ ਵਿੱਚ ਬੜਾ ਜ਼ਿਆਦਾ ਸੰਕਟ ਤੁਰ ਹੁੰਦਾ ਹੈ। ਦਾਰਾ ਕੋ ਜਲੂਸ ਵੱਡ ਦੇਖਾ ਜਦੋਂ ਦਾਰਾ ਸ਼ਕੋ ਦਾ ਇਹਨੇ ਜਲੂਸ ਜਲੂਸ ਦਾ ਮਤਲਬ ਜਲਸਾ ਉਹਦਾ ਪ੍ਰਤਾਪ ਇਹਨੇ ਵੇਖਿਆ। ਉਰ ਅਵਸੋਸਤ ਕ੍ਰੋਧ ਵਿਸ਼ੇਖਾ ਇਹਦੇ ਵਿੱਚ ਬੜਾ ਗੁੱਸਾ ਵੀ ਆਇਆ ਇਹਨੂੰ ਦਾਰਾ ਸ਼ਕੋ ਦਾ ਇੰਨਾ ਜਲਸਾ ਉਹਦਾ ਇੰਨਾ ਪ੍ਰਤਾਪ ਹੈ ਬੜਾ ਜ਼ਿਆਦਾ ਖਿਜ ਆਏ ਇਹਦੇ ਮਨ ਦੇ ਵਿੱਚ ਖਿਜ ਆਈ। ਇਹ ਕਿਆ ਪਏ ਨਾ ਜਾਣੇ ਉਹ ਗਏ ਪਾਪੀ ਇਹ ਨਹੀਂ ਸਮਝਦਾ ਵੀ ਸੱਚਾਈ ਇਹ ਹੈ ਫਿਰ ਵੀ ਨਹੀਂ ਵੇਖ ਕੇ ਵੀ ਨਹੀਂ ਸਮਝਦਾ
ਬੜਾ ਮਨ ਚ ਸੋਚਦਾ, ਕਹਿੰਦੇ ਹੋਇਆ ਕੀ ਹੈ ਸਮਝ ਨਹੀਂ ਆਈ। ਸਿਹਰ ਕਿਦੋਂ ਹਿੰਦੂ ਹਨ ਗੁਰ ਕੀਓ, ਲੱਗਦਾ ਗੁਰੂ ਹਰ ਰਾਏ ਸਾਹਿਬ ਨੇ ਮੇਰੇ ਤੇ ਕੋਈ ਆਪਣਾ ਜਾਦੂ ਟੂਣਾ ਕੀਤਾ, ਉਹਨਾਂ ਨੇ ਕੋਈ ਮੇਰੇ ਤੇ ਆਪਣਾ ਜਾਦੂ ਕੀਤਾ ਟੂਣਾ ਕੀਤਾ। ਦੁਬਦਾ ਚਿੱਤ ਮੈਂ ਪਾ ਮਨ ਭੰਗ, ਮਨ ਵਿੱਚ ਬੜੀ ਵੱਡੀ ਦੁਬਦਾ ਹੋ ਗਈ ਹੈ, ਇਹਦਾ ਮਨ ਟੁੱਟਿਆ ਜਿਹਾ ਹੋਇਆ, ਬੁੱਝਿਆ ਜਿਹਾ ਹੋਇਆ ਔਰੰਗੇ ਦਾ। ਕਹਿ ਨਾ ਸਕੇ ਪਰ ਸੰਗ ਕਹਿ ਸੰਗ, ਏਦਾਂ ਦੀ ਗੱਲ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਵੀ ਸਿਰ ਤੇ ਦੁਸ਼ਟਾਂ ਦਾ ਟੋਕਰਾ ਚੁੱਕਿਆ ਸੀ, ਇਹਨੇ ਕਹਿ ਵੀ ਨਹੀਂ ਸਕਦਾ ਕਿਸੇ ਨੂੰ, ਸੁਪਨਾ ਇਹੋ ਜਿਹਾ, ਦੱਸ ਨਹੀਂ ਸਕਦਾ ਕਿਸੇ ਨੂੰ ਵੀ ਜੇ ਦੱਸਿਆ ਤੇ ਬੇਇੱਜ਼ਤੀ ਮੇਰੀ ਹੋਣੀ, ਲੋਕਾਂ ਨੇ ਲਾਹਨਤਾਂ ਫਿਰ ਮੈਨੂੰ ਹੀ ਪਾਉਣੀਆਂ ਨੇ, ਇਹ ਦੱਸਦਾ ਨਹੀਂ ਕਿਸੇ ਨੂੰ। ਬਹੁਤ ਵਿਚਾਰਤ ਕ੍ਰੋਧ ਵਧਾਏ, ਵਿਚਾਰਦਾ ਤੇ ਬੜਾ ਗੁੱਸਾ ਆਪਣੇ ਹਿਰਦੇ ਚ ਸਤਿਗੁਰਾਂ ਪ੍ਰਤੀ ਰੱਖਦਾ, ਕਰਮ ਆਪਣੇ ਨੇ, ਜੋ ਇਹਦੇ ਕਰਮ ਸੀ ਗੁਰੂ ਸਾਹਿਬ ਨੇ ਵਿਖਾਇਆ ਵੀ ਆਹ ਹਾਲਤ ਹੋਣੀ ਹੈ ਤੇਰੀ ਨੁਰੰਗਿਆ, ਤੇਰੀ ਇਹ ਦਸ਼ਾ ਹੋਣੀ ਹੈ ਪਰਲੋਕ ਦੇ ਵਿੱਚ। ਸਤਿਗੁਰਾਂ ਨੇ ਤਾਂ ਉਹ ਵਿਖਾਇਆ, ਇਹਨੂੰ ਫਿਲਮ ਵਿਖਾਈ ਹੈ, ਪਰ ਉਹਨੂੰ ਮੰਨਣ ਦੀ ਬਜਾਏ ਇਹ ਸਗੋਂ ਗੁੱਸਾ ਕਰ ਰਿਹਾ, ਕ੍ਰੋਧ ਕਰ ਰਿਹਾ ਕਿ ਗੁਰੂ ਜੀ ਨੇ ਮੇਰੇ ਤੇ ਕੋਈ ਜਾਦੂ ਟੂਣਾ ਕਰਕੇ ਵਿਖਾਇਆ। ਸਮਝੀ ਉਹਨੇ ਮੂਰਖ ਇਸ ਪਾਏ, ਮੂਰਖ ਨਰੰਗਾ ਇਸ ਗੱਲ ਨੂੰ ਸਮਝ ਨਹੀਂ ਸਕਿਆ। ਸ੍ਰੀ ਹਰਿ ਰਾਏ ਸੰਗ ਕਰ ਦੁਐਸ਼, ਸਗੋਂ ਹੋਰ ਜ਼ਿਆਦਾ ਦੁਐਸ਼ ਗੁਰੂ ਸਾਹਿਬ ਨਾਲ ਰੱਖ ਲਈ, ਮਹਾਰਾਜ ਜੀ ਨੇ ਹੋਰ ਜ਼ਿਆਦਾ ਈਰਖਾ ਰੱਖ ਲਈ। ਦਿਨੋ ਕੀਨ ਇਹ ਸਿਰ ਵਿਸ਼ੇਸ਼, ਇਹ ਜਾਦੂ, ਇਹ ਸਿਹਰ ਦਾ ਮਤਲਬ ਹੁੰਦਾ ਜਾਦੂ, ਇਹ ਜਾਦੂ ਗੁਰੂ ਹਰ ਰਾਏ ਸਾਹਿਬ ਨੇ ਕੀਤਾ। ਮੋਏ ਦਸ਼ਾ ਕੈਸੀ ਦਿਖ ਰਾਈ, ਗੁਰੂ ਜੀ ਨੇ ਮੇਰੀ ਕਿਹੋ ਜਿਹੀ ਹਾਲਤ ਵਿਖਾਈ ਉੱਥੇ, ਮੈਨੂੰ ਹਾਲਤ ਕਹਿੰਦੇ ਦੋ ਚਾਰ ਦਿਨ ਤਾਂ ਇਹਨੇ ਰੋਟੀ ਨਹੀਂ ਖਾਧੀ ਉਸ ਗਲਾਨੀ ਕਰਕੇ ਜਿਹੜੀ ਗਲਾਨੀ ਇਹਨੂੰ ਆ ਰਹੀ ਸੀ, ਇਹੋ ਜੀ ਦਸ਼ਾ ਕਹਿੰਦਾ ਗੁਰੂ ਸਾਹਿਬ ਨੇ ਮੇਰੀ ਕਰਕੇ ਵਿਖਾਈ ਹੈ। ਤਾਰਾ ਕੋ ਪਾਤਸ਼ਾਹ ਬਣਾਈ, ਤਾਰਾ ਸ਼ਕੂ ਨੂੰ ਉੱਥੇ ਪਾਤਸ਼ਾਹ ਬਣਾ ਕੇ ਬਿਠਾਇਆ ਹੋਇਆ। ਪਟੋ ਸੈਨ ਗਹਿਵਾਏ ਮੰਗਵਾਓ, ਕਹਿੰਦਾ ਮੈਂ ਹੁਣੇ ਆਪਣੀ ਫੌਜ ਭੇਜਦਾ, ਔਰ ਫੌਜ ਭੇਜ ਕੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਆਪਣੇ ਕੋਲ ਮੰਗਾਵਾਂਗਾ। ਮੈਂ ਆਪਣੀ ਅਬ ਸ਼ਕਤ ਦਿਖਾਵਾਂ, ਵਿਖਾਵਾਂਗਾ। ਉਹਨਾਂ ਨੇ ਆਪਣੀ ਸ਼ਕਤੀ ਵਿਖਾ ਲਈ ਹੈ ਗੁਰੂ ਜੀ ਨੇ ਇਹ ਸੁਪਨਾ ਵਿਖਾ ਕੇ ਮੈਨੂੰ, ਹੁਣ ਮੈਂ ਉਹਨਾਂ ਨੂੰ ਆਪਣੀ ਸ਼ਕਤੀ ਵਿਖਾਵਾਂਗਾ। ਇਮ ਨਿਸ਼ਚੇ ਕਰ ਮੂਰਖ ਮਾਨੀ, ਇਹਨਾਂ ਦਾ ਨਿਸ਼ਚਾ ਕਰਕੇ ਇਸ ਮੂਰਖ ਮਾਨੀ ਬੇਵਕੂਫ ਬਾਦਸ਼ਾਹ ਨੇ ਕੀਨ ਬਾਇਨੀ ਤਿਆਰ ਮਾਨੀ, ਇਹਨੇ ਆਪਣੀ ਫੌਜ ਕੁਝ ਤਿਆਰ ਕੀਤੀ। ਇੱਕ ਉਮਰਾਵ ਪੱਠੇ ਹੋ ਕੇ ਐਸੇ, ਅਫਸਰ ਇਹਨੇ ਆਪਣਾ ਤਿਆਰ ਕਰਕੇ ਇਹ ਕਹਿ ਕੇ ਭੇਜਿਆ, ਗੁਰ ਕੋ ਲਿਆਓ ਜੈਸੇ ਕੈਸੇ, ਇਹਨਾਂ ਪਿਆਰ ਨਾਲ ਆਉਂਦੇ ਨੇ ਗੁਰੂ ਜੀ, ਪਿਆਰ ਨਾਲ ਲਿਆਓ, ਜੇ ਕਿਸੇ ਹੋਰ ਤਰੀਕੇ ਨਾਲ ਆਉਂਦੇ ਨੇ ਜਿਵੇਂ ਕਿਵੇਂ ਆਉਂਦੇ ਨੇ ਗੁਰੂ ਜੀ ਨੂੰ ਲਿਆ ਕੇ ਇੱਥੇ ਮੇਰੇ ਕੋਲ ਪੇਸ਼ ਕਰੋ। ਜੇਕਰ ਜੰਗ ਕਰੇ ਅਰ ਪਰੇ, ਜੇ ਅੱਗੋ ਜੰਗ ਕਰਨ, ਕਿਉਂਕਿ ਉਹਨਾਂ ਦੇ ਦਾਦਾ ਜੀ ਲੜਦੇ ਰਹੇ ਨੇ, ਉਹਨਾਂ ਕੋਲ ਵੀ ਮੈਂ ਸੁਣਿਆ ਫੌਜ ਹੈ, ਜੇ ਉਹ ਅੱਗੋ ਜੰਗ ਕਰਕੇ ਅੜੀ ਕਰਨਗੇ। ਸਨਮੁਖ ਲੋਹੋ ਤੁਮੋ ਸੋ ਕਰੇ, ਸਨਮੁਖ ਹੋ ਕੇ ਤੁਹਾਡੇ ਨਾਲ ਲੋਹਾ ਲੈ ਕੇ ਲੜਨਾ ਚਾਹੁਣ, ਪੂਰਨ ਲਿਖੋ ਮੋਏ ਦਿਸ਼ ਫੇਰ,
ਫਿਰ ਮੇਰੇ ਕੋਲ ਚਿੱਠੀ ਭੇਜ ਦਿਓ ਲਿਖ ਕੇ ਕਿ ਗੁਰੂ ਜੀ ਲੜਨਾ ਚਾਹੁੰਦੇ ਨੇ। ਬਹੁ ਲਸ਼ਕਰ ਭੇਜੋ ਬਿਨ ਦੇ, ਬਿਨਾ ਦੇਰੀ ਤੋਂ ਜਿਵੇਂ ਗੋਲੀ ਨਿਕਲਦੀ ਹੈ ਨਾ ਬੰਦੂਕ ਚੋਂ, ਏਦਾਂ ਮੈਂ ਵੱਡਾ ਲਸ਼ਕਰ ਭੇਜ ਦਿਆਂਗਾ ਤੁਹਾਡੀ ਮਦਦ ਵਾਸਤੇ। ਕਰੋ ਸੰਘਾਰਨ ਕਹਿ ਗਏ ਲਿਆਓ, ਜਾਂ ਜੰਗ ਦੇ ਵਿੱਚ ਗੁਰੂ ਹਰ ਰਾਏ ਸਾਹਿਬ ਨੂੰ ਮਾਰ ਦੇਣਾ ਜਾਂ ਫਿਰ ਪਕੜ ਕੇ ਲੈ ਆਉਣਾ। ਮੈਂ ਮਾਰਗ ਮੈਂ ਬਿਲਮ ਲਗਾਵੋ, ਦੇ ਵਿੱਚ ਦੇਰੀ ਨਹੀਂ ਲਾਉਣੀ ਤੁਸੀਂ ਕਿਸੇ ਵੀ ਤਰ੍ਹਾਂ। ਜੰਗ ਸਮੱਗਰੀ ਲੈ ਕਰ ਸਭੇ, ਜਿੰਨੀ ਜੰਗ ਦੀ ਸਮੱਗਰੀ ਹੋਵੇਗੀ ਮੈਂ ਭੇਜਾਂਗਾ, ਥੋੜੀ ਬਹੁਤੀ ਤੁਸੀਂ ਲੈ ਵੀ ਜਾਓ। ਓਪ ਤੁਪਕ ਸਮੁਦਾਇਨ ਤਬੇ, ਓਪ ਤੁਪਕਾਂ ਬੰਦੂਕਾਂ ਜਿੰਨਾ ਵੀ ਜੋ ਕੁਝ ਵੀ ਚਾਹੀਦਾ ਜੰਗੀ ਅਸਬਾਬ। ਗਮਨੇ ਉਹ ਦਿੱਲੀ ਤੇ ਕਰ ਕੂਚ, ਭੇਜਾਂਗਾ ਤੁਹਾਡੀ ਮਦਦ ਲਈ, ਪਹਿਲਾਂ ਤੁਸੀਂ ਜਾ ਕੇ ਗੱਲਬਾਤ ਕਰੋ, ਜੋ ਲੜਨ ਨੂੰ ਤਿਆਰ ਹੋਣਗੇ ਤੇ ਮੈਨੂੰ ਸੁਨੇਹਾ ਭੇਜ ਦਿਓ, ਮੈਂ ਫੌਜ ਭੇਜ ਦਿਆਂਗਾ, ਇੱਥੇ ਬੰਦੂਕਾਂ ਤੋਪਾਂ ਸਭ ਤਿਆਰ ਨੇ। ਇਹ ਸੁਣ ਕੇ ਬਾਦਸ਼ਾਹ ਦਾ ਹੁਕਮ, ਇਹਦਾ ਜਿਹੜਾ ਉਮਰਾਵ ਸੀ ਆਪਣੇ ਨਾਲ ਕੁਝ ਕੁ ਫੌਜ ਲੈ ਕੇ, ਫੌਜ ਦੀ ਇੱਕ ਟੁਕੜੀ ਲੈ ਕੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਵੱਲ ਚੱਲਿਆ ਹੈ। ਇੱਕ ਮੱਜਲ ਉਮਰਾਵ ਪਹੁੰਚ, ਮੱਜਲ ਹੀ ਹਾਲੇ ਦਿੱਲੀ ਤੋਂ, ਯਾਨੀ ਕਿ ਇੱਕ ਦਿਨ ਹੀ ਤੁਰਿਆ ਹੋਣਾ, ਇਹਨੂੰ ਇੱਕ ਮੱਜਲ ਕਹਿੰਦੇ ਆ, ਯਾਨੀ ਕਿ ਇੱਕ ਮੱਜਲ ਹੀ ਤੈਅ ਕੀਤੀ ਹੋਣੀ ਹੈ ਵੀ 25 ਕੋਹ ਜਾਂ 30 ਕੋਹ ਦਾ ਪੈਂਡਾ ਤੈਅ ਕਰਕੇ ਦਿੱਲੀਓਂ ਆਇਆ ਹੈ। ਭਾਈ ਜਾਮਨੀ ਕੀ ਨਸ ਡੇਰਾ, ਰਾਤ ਪੈ ਕੀ ਪੈ ਗਈ ਰਸਤੇ ਵਿੱਚ ਆਉਂਦਿਆਂ ਤੇ ਇਹਨਾਂ ਨੇ ਡੇਰਾ ਕੀਤਾ। ਖਾਨ ਪਾਨ ਕਰ ਸੁਪਤ ਬਸੇਰਾ, ਰਾਤ ਦੇ ਵੇਲੇ ਇਹਨਾਂ ਨੇ ਭੋਜਨ ਆਦਿਕ ਛਕਿਆ ਤੇ ਸੌਂ ਗਏ। ਕੁਛ ਕਾਚੋ ਆਮਿਖ ਰਹਿ ਗਏ, ਅਫਸਰ ਆਇਆ ਸੀ ਨਾ ਇਹਨਾਂ ਦਾ ਨਾਲ ਬਾਦਸ਼ਾਹ ਵੱਲੋਂ ਭੇਜਿਆ, ਉਹਨੇ ਰਾਤ ਨੂੰ ਕਿਤੇ ਮਾਸ ਖਾਧਾ, ਉਹ ਮਾਸ ਖਾਣ ਦੇ ਵਿੱਚ ਕੁਝ ਕੱਚਾ ਸੀ, ਪੂਰਾ ਰਿੰਨਿਆ ਨਹੀਂ ਸੀ ਹੋਇਆ। ਭਖਨ ਕੀਨ ਸੁਪ ਤੋ ਸੋ ਪਇਓ, ਮਾਸ ਖਾ ਕੇ ਸੌ ਗਿਆ ਹੈ, ਉਹ ਕੱਚਾ ਸੀ ਖਾਣ ਵਿੱਚ। ਬਿਨਾ ਹਾਜਮੇ ਹੈ ਜਾ ਹੋਏ ਕੈ, ਕਹਿੰਦੇ ਉਹ ਮਾਸ ਨੂੰ ਹਜ਼ਮ ਨਹੀਂ ਹੋਇਆ ਰਾਤ, ਜਦੋਂ ਹਜ਼ਮ ਨਹੀਂ ਹੋਇਆ ਤੇ ਇਹਨੂੰ ਹੈਜਾ ਹੋ ਗਿਆ ਰਾਤ ਹੀ, ਇਕਦਮ ਉਲਟੀਆਂ ਲੱਗ ਗਈਆਂ, ਦਸਤ ਲੱਗ ਗਏ। ਸੋ ਮਰ ਗਏ ਤਾਂ ਦੁੱਖ ਪੈ ਕੇ, ਉਹਨਾਂ ਵੇਲਿਆਂ ਚ ਹੈਜੇ ਦੀ ਬਿਮਾਰੀ ਲਾ ਇਲਾਜ ਸੀ, ਉਹਦਾ ਕੋਈ ਇਲਾਜ ਨਹੀਂ ਸੀ, ਹੈਜਾ ਜਦੋਂ ਫੈਲਦਾ ਸੀ ਉਹ ਹੈਜੇ ਕਰਕੇ ਹੀ ਰਾਤੋ ਰਾਤ ਉਹਦੀ ਮੌਤ ਹੋ ਗਈ। ਗੁਰੂ ਸਾਹਿਬ ਵੱਲ ਤੇ ਕੀ ਆਉਣਾ ਸੀ ਚੜ ਕੇ, 6ਵੇਂ ਪਾਤਸ਼ਾਹ ਦੇ ਬਚਨ ਜੇ ਉਹਨੇ, ਗੁਰੂ ਹਰ ਰਾਏ ਸਾਹਿਬ ਤੁਸੀਂ ਨਹੀਂ ਲੜਨਾ, ਜੇ ਕੋਈ ਫੌਜ ਆਵੇਗੀ ਰਸਤੇ ਚ ਗਲ ਮਰ ਜਾਣਗੇ, ਵਾਪਸ ਮੁੜ ਜਾਣਗੇ, ਪਰਤ ਜਾਣਗੇ। ਉਹ ਕਹਿੰਦੇ ਜਦੋਂ ਆਇਆ ਉਮਰਾਵ ਰਸਤੇ ਚ ਰਾਤੀ ਚੰਗਾ ਭਲਾ ਰੋਟੀ ਖਾ ਕੇ ਸੁੱਤਾ, ਮਾਸ ਕਿਤੇ ਕੱਚਾ ਸੀ ਖਾਣ ਵਿੱਚ, ਹੈਜਾ ਹੋਇਆ ਤੇ ਹੈਜੇ ਨਾਲ ਹੀ ਇਹਦੀ ਮੌਤ ਹੋ ਗਈ। ਰਾਤ ਪਾਈ ਤਿਸ ਕੋ ਦਫਨਾਇਓ, ਫੇਰ ਹੋਈ ਨਾਲ ਦੇ ਸਿਪਾਹੀਆਂ ਨੇ ਇਹਦਾ ਉੱਥੇ ਹੀ ਮੁਰਦੇ ਦਾ ਦਫਨ ਕੀਤਾ। ਲਿਖ ਔਰੰਗ ਕੇ ਨਿਕਟ ਪਠਾਇਓ, ਔਰੰਗਜ਼ੇਬ ਬਾਦਸ਼ਾਹ ਕੋਲ ਇਹਨਾਂ ਨੇ ਲਿਖ ਕੇ ਭੇਜਿਆ ਵੀ ਸਾਡਾ ਜਿਹੜਾ ਨਵਾਬ ਸੀ ਉਹਦੀ ਮੌਤ ਹੋ ਗਈ ਹੈ। ਤੈ ਤੇ ਸੋ ਲਸ਼ਕਰ ਹਟ ਗਇਓ, ਲਸ਼ਕਰ ਉੱਥੋਂ ਵਾਪਸ ਦਿੱਲੀ ਨੂੰ ਫਿਰ ਪਰਤ ਗਿਆ। ਮਹਾਸ਼ੋਕ ਤਿਨਹੂੰ ਮੈਂ ਪਇਓ, ਗੱਲ ਦਾ ਬੜਾ ਡਾਢਾ ਸ਼ੋਕ ਇਹਨਾਂ ਦੇ ਮਨ ਚ ਹੋਇਆ। ਇੱਕ ਦਿਨ ਬਿਤਾਏ ਕਰ ਫੇਰ, ਕੁਝ ਦਿਨ ਹੋਰ ਬਤੀਤ ਹੋਏ, ਮੈਂ ਮੁਰਾਦ ਕੋ ਪ੍ਰਾਪਤ ਹੋਰ, ਬੰਦੇ ਨੇ ਵੇਖਿਆ ਵੀ ਮੇਰੀ ਮੁਰਾਦ ਪੂਰੀ ਨਹੀਂ ਪੀ ਹੁੰਦੀ। ਅਪਰ ਕੀਨ ਤਿਆਰੀ ਉਮਰਾ, ਇੱਕ ਹੋਰ ਅਫਸਰ
ਅਵਸਰ ਤਿਆਰ ਕੀਤਾ, ਆਪਣਾ ਇੱਕ ਹੋਰ ਉਮਰਾਵ ਤਿਆਰ ਕੀਤਾ ਭੇਜਣ ਲਈ। ਦੇ ਕਰ ਲਸ਼ਕਰ ਜੰਗ ਬਣਾਵੇ, ਉਹਦੇ ਨਾਲ ਲਸ਼ਕਰ ਭੇਜਿਆ ਬਕਾਇਦਾ, ਜਿਹੜਾ ਜਾ ਕੇ ਜੰਗ ਵੀ ਕਰ ਸਕੇ ਲੋੜ ਪੈਣ ਤੇ। ਸ਼ਾਹ ਨਿਕਟ ਤੇ ਰੁਖਸਤ ਹੋਵੇ, ਦੂਜਾ ਉਮਰਾਵ ਵੀ ਅਫਸਰ ਜਿਹੜਾ ਸੀ ਬਾਦਸ਼ਾਹ ਕੋਲੋਂ ਰੁਖਸਤ ਹੋ ਕੇ ਦਿੱਲੀਓਂ ਕੀਰਤਪੁਰ ਸਾਹਿਬ ਨੂੰ ਚੱਲਿਆ। ਗਮਨਿਓ ਮਦ ਆਵਨ ਕੋ ਸੋਏ, ਰਸਤੇ ਵਿੱਚ ਤੁਰਿਆ ਆ ਰਿਹਾ, ਕਿਸਕ ਮਜਲ ਜਦ ਚੱਲ ਕਰ ਆਇਓ। ਮੈਂ ਕੋਈ ਦੋ ਤਿੰਨ ਦਿਨ ਸਫ਼ਰ ਤੈਅ ਕੀਤਾ, ਜਦੋਂ ਕੁਝ ਕੁ ਪੈਂਡਾ ਤੈਅ ਕਰਕੇ ਆਇਆ, ਤੋਪ ਜੰਬੂਰ ਜੰਜੈਲਨ ਲਿਆਇਓ। ਤੋਪਾਂ ਜੰਬੂਰ ਜੰਜੈਲਾਂ ਆਪਣੇ ਨਾਲ ਲੈ ਕੇ ਆ ਰਿਹਾ, ਮੈਂ ਗੁਰੂ ਜੀ ਤੇ ਹਮਲਾ ਕਰਨਾ। ਇਸ ਕੇ ਭਇਓ ਰੋਗ ਇਸ ਭਾਂਤੀ, ਕਹਿੰਦੇ ਪਰਮੇਸ਼ਰ ਵੱਲੋਂ ਇਹੋ ਜਿਹੀ ਖੇਡ ਵਰਤੀ, ਕੋਈ ਇਹੋ ਜਿਹਾ ਰੋਗ ਉੱਥੇ ਰਸਤੇ ਵਿੱਚ ਟਿਕਿਆ ਸੀ, ਇਕਦਮ ਇੰਨਾ ਰੋਗ ਇਹਦੇ ਅੰਦਰ ਪੈਦਾ ਹੋਇਆ। ਜਲਬੇ ਲੱਗੀ ਅਚਾਨਕ ਛਾਤੀ, ਇਹਦੀ ਛਾਤੀ ਵਿੱਚ ਇਕਦਮ ਬੜਾ ਡਾਢਾ ਸਾੜ ਪੈਦਾ ਹੋਣ ਲੱਗਾ, ਫਿਰਦਾ ਇਹਦਾ ਛਾਤੀ ਜਿਹੜੀ ਇਕਦਮ ਸੜਨ ਲੱਗੀ, ਜਿਵੇਂ ਮਾਨੋ ਅੱਗ ਲੱਗ ਗਈ ਹੋਵੇ ਅੰਦਰ। ਅਸਵਾਰੀ ਪਰ ਚੜੇ ਨਾ ਜਾਏ, ਕਿਸੇ ਸਵਾਰੀ ਤੇ ਚੜਦਾ ਤੇ ਚੜਿਆ ਨਹੀਂ ਜਾਂਦਾ, ਇੰਨੀ ਜ਼ਿਆਦਾ ਇਹ ਕਹਿੰਦੇ ਦਰਦ ਵੀ ਹੁੰਦੀ ਹੈ ਛਾਤੀ ਚ ਤੇ ਸਾੜਾ ਵੀ ਪੈਂਦਾ। ਜਿਉਂ ਹਾਲੇ ਤਿਉਂ ਹਾਂਡ ਪੁਟਾਏ, ਜਿਵੇਂ ਹਿਲਦਾ ਉਨੀ ਹੱਡ ਟੁੱਟਦੇ ਨੇ ਤੇ ਦਰਦ ਦੇ ਨਾਲ। ਕੇਤਤ ਦਿਨ ਮਦ ਮੈਂ ਪਰ ਰਹੇ ਹੋ, ਕਈ ਦਿਨ ਰਸਤੇ ਚ ਰਸਤਾ ਪੈਂਡਾ ਤੈਅ ਹੀ ਨੀ ਕਰ ਸਕਿਆ, ਘੋੜੇ ਤੇ ਚੜ ਨਹੀਂ ਸਕਦਾ ਨਾ, ਪਰ ਜਿਹਦੇ ਹਿਲਦਾ ਉਦੋਂ ਦਰਦ ਵੱਧਦੀ ਹੈ, ਕਈ ਦਿਨ ਰਸਤੇ ਚ ਪਿਆ ਰਿਹਾ। ਨੀਠ ਨੀਠ ਦਿੱਲੀ ਮਗ ਲਏ, ਸਹਿਜੇ ਸਹਿਜੇ ਉੱਥੋਂ ਦਿੱਲੀ ਨੂੰ ਵਾਪਸ ਪਰਤ ਗਿਆ, ਵੀ ਸਰੀਰ ਹੀ ਨਹੀਂ ਸਾਥ ਦਿੰਦਾ, ਮੈਂ ਕੀ ਕਰਾਂਗਾ ਅੱਗੇ ਜਾ ਕੇ। ਇਹ ਵੀ ਉੱਥੋਂ ਰਸਤੇ ਵਿੱਚ ਹੀ ਵਾਪਸ ਪਰਤ ਗਿਆ, ਛੇਵੇਂ ਪਾਤਸ਼ਾਹ ਦੇ ਬਚਨਾਂ ਦੀ ਢਾਲ ਨੇ ਇਹਨੂੰ ਵੀ ਮੋੜ ਦਿੱਤਾ। ਸੁਣ ਆਵ ਰੰਗ ਰਿਸੇ ਅਕੁਲਾਏ, ਸੁਣ ਕੇ ਬੜਾ ਖਿਜਿਆ, ਵੀ ਦੋ ਵਾਰੀ ਹੋ ਗਿਆ ਕੰਮ, ਬੜਾ ਜ਼ਿਆਦਾ ਖਿਜਿਆ, ਗੁੱਸੇ ਵਿੱਚ ਆਇਆ। ਤੈਨੂੰ ਪਹੁੰਚ ਨਾ ਕੋਈ ਪਾਏ, ਹੋ ਕੀ ਰਿਹਾ ਵੀ ਉੱਥੇ ਤੱਕ ਕੋਈ ਪਹੁੰਚ ਹੀ ਨਹੀਂ ਰਿਹਾ, ਜਾ ਹੀ ਨਹੀਂ, ਰਸਤੇ ਚ ਪਰਤ ਆਉਂਦੇ ਨੇ। ਉਨ ਕੇ ਤਤ ਦਿਨ ਬੀਤੇ ਜਦੇ, ਕਈ ਕੁਝ ਦਿਨ ਹੋਰ ਬੀਤੇ, ਸ਼੍ਰੀ ਹਰ ਰਾਏ ਸਿਮਰ ਕਰ ਤਬੇ, ਗੁਰੂ ਹਰ ਰਾਏ ਸਾਹਿਬ ਨੂੰ ਯਾਦ ਕੀਤਾ। ਤੀਓ ਪੁਨੋ ਮਰਾਵ ਚੜਾਏ, ਤੀਜਾ ਉਮਰਾਵ ਫਿਰ ਭੇਜਿਆ। ਹੋਏ ਰੁਖ ਸਦ ਮਾਰਗ ਗਮਨਾਏ, ਰੁਖਸਦ ਹੋ ਕੇ ਜਦੋਂ ਦਿੱਲੀਓਂ ਚੱਲਿਆ, ਸੋ ਪੀ ਕੁਛ ਦੁੱਖ ਤੇ ਮਰ ਗਏ, ਰਸਤੇ ਚ ਕੋਈ ਦੁੱਖ ਬਣਿਆ ਤੇ ਉਹਦੀ ਵੀ ਮੌਤ ਹੋ ਗਈ, ਤੀਜਾ ਵੀ ਚਾਲੇ ਪਾ ਗਿਆ। ਹੁਣ ਇਸ ਗੱਲੋਂ ਬਾਦਸ਼ਾਹ ਹੈਰਾਨ ਹੋ ਰਿਹਾ ਵੀ ਚਲੋ ਇੱਕ ਬੰਦੇ ਦਾ ਹੋ ਸਕਦਾ ਦੋਹਾਂ ਦਾ, ਪਰ ਤੀਜਾ ਵੀ ਨਹੀਂ ਪਹੁੰਚਿਆ, ਤੀਜੇ ਦੀ ਵੀ ਮੌਤ ਹੋ ਗਈ ਰਸਤੇ ਚ। ਕਈ ਬਾਰੇ ਭੇਜਤ ਪਏ, ਰੰਗਾ ਠਰੰਮੇ ਨਾਲ ਬਹਿ ਗਿਆ ਉਹਨੇ, ਕਈ ਵਾਰ ਫਿਰ ਹੋਰ ਚੌਥਾ ਪੰਜਵਾਂ ਕਈ ਭੇਜੇ, ਜਿਹਨੂੰ ਵੀ ਭੇਜਦਾ ਕੋਈ ਨਾ ਕੋਈ ਸਮੱਸਿਆ ਬਣ ਜਾਂਦੀ, ਜਾਂ ਉਹ ਮਰ ਜਾਂਦਾ, ਜਾਂ ਕੋਈ ਉਹਨੂੰ ਰੋਗ ਲੱਗ ਜਾਂਦਾ, ਉਹਨੂੰ ਵਾਪਸ ਪਰਤਣਾ ਪੈਂਦਾ। ਆਖਿਰਕਾਰ ਹੁਣ ਜੇ ਰੰਗਾ ਕਿਸੇ ਨੂੰ ਕਹਿੰਦਾ ਹੈ ਨਾ, ਤੇ ਅਫਸਰ ਵੀ ਕਾਨਾ ਨਾਕੀ ਕਰਨ ਲੱਗ ਪੈਂਦੇ ਐ, ਬਾਦਸ਼ਾਹ ਸਲਾਮਤ ਸਾਡਾ ਫਲਾਣੀ ਥਾਂ ਤੇ ਰੁਝੇਵਾਂ, ਅਸੀਂ ਨਹੀਂ ਜਾ ਸਕਦੇ। ਉਹਨਾਂ ਨੂੰ ਪਤਾ ਵੀ ਜਿਹੜਾ ਜਾਂਦਾ ਜਾਂ ਮਰ ਕੇ ਵਾਪਸ ਪਰਤਦਾ ਰਸਤੇ ਚੋਂ, ਜਾਂ ਕੋਈ ਵੱਡਾ ਰੋਗ ਲੈ ਕੇ ਮੁੜਦਾ ਹੈ। ਆਦੋ ਪੰਥ ਨਾ ਉਲੰਘਿਓ ਕੋਈ, ਅੱਧਾ ਰਸਤਾ ਵੀ ਦਿੱਲੀ ਤੋਂ ਕੀਰਤਪੁਰ ਸਾਹਿਬ ਤੱਕ ਦਾ ਵੀ ਕੋਈ ਲੰਘ ਕੇ ਨਹੀਂ ਆ ਸਕਿਆ। ਹੋਤ ਬਿਘਨ ਪੀਛੇ ਹਟ ਸੋਈ, ਇਹੋ ਜਿਹਾ ਬਿਘਨ ਪੈਂਦਾ ਵੀ ਉਹਨਾਂ ਨੂੰ ਵਾਪਸ ਪਰਤਣਾ ਪੈਂਦਾ। ਸੰਗਤ ਦਿੱਲੀ ਤੇ ਚੱਲ ਆਈ, ਇੰਨੇ
ਨੂੰ ਕੁਝ ਦਿਨ ਬੀਤੇ ਤੇ ਦਿੱਲੀ ਤੋਂ ਕੁਝ ਸੰਗਤ ਚੱਲ ਕੇ ਸਤਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਈ। ਬੰਦਨ ਕਰ ਅਪੂਰ ਅਰ ਪਾਈ। ਦਿੱਲੀ ਦੀ ਆਈ ਹੋਈ ਸੰਗਤ ਨੇ ਸਤਵੇਂ ਪਾਤਸ਼ਾਹ ਨੂੰ ਆ ਕੇ ਮੱਥਾ ਟੇਕਿਆ ਔਰ ਗੁਰਦੇਵ ਦੇ ਚਰਨਾਂ 'ਚ ਜੋ ਪਿਟਾਵਾਂ ਸਨ ਜਥਾ ਸ਼ਕਤ ਭੇਟ ਕੀਤੀਆਂ। ਸੋ ਕਰ ਜੋਰਤ ਕਰ ਅਰਦਾਸ। ਸਿੱਖਾਂ ਨੇ ਹੱਥ ਜੋੜ ਕੇ ਗੁਰਦੇਵ ਨੂੰ ਬੇਨਤੀ ਕੀਤੀ। ਸ਼੍ਰੀ ਗੁਰੂ ਜੀ ਸਭ ਵਿਘਨ ਵਿਨਾਸ਼ ਲੱਗੇ। ਹੇ ਸਤਿਗੁਰੂ ਜੀ, ਤੁਸੀਂ ਸਾਰੇ ਵਿਘਨਾਂ ਦਾ ਨਾਸ਼ ਕਰਨ ਵਾਲੇ ਵਿਘਨ ਵਿਨਾਸ਼ਕ ਹੋ। ਸ਼ਾਹ ਸੈਨ ਬੋ ਬਾਰ ਪਠਾਈ। ਔਰੰਗਜ਼ੇਬ ਨੇ ਕਈ ਵਾਰ ਤੁਹਾਡੇ ਤੇ ਫੌਜ ਭੇਜ ਦਿੱਤੀ ਹੈ ਦਿੱਲੀਓਂ। ਭਏ ਵਿਘਨ ਤਮ ਲਗਨੇ ਆਈ। ਪਰ ਉਹਨਾਂ ਨੂੰ ਕੋਈ ਇਹੋ ਜਿਹਾ ਵਿਘਨ ਪੈਂਦਾ ਹੈ ਕਿ ਉਹ ਫੌਜ ਤੁਹਾਡੇ ਤੱਕ ਨਹੀਂ ਪਹੁੰਚ ਸਕੀ। ਸੁਣ ਕਰ ਸ਼੍ਰੀ ਹਰਿ ਰਾਏ ਬਖਾਨਾ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ। ਗੁਰੂ ਪਿਤਾ ਮੇ ਪ੍ਰਭੂ ਮਹਾਨਾ। ਕਿਵੇਂ ਆ ਜਾਏਗੀ ਰੰਗੇ ਦੀ ਫੌਜ? ਸਾਡੇ ਪਿਤਾਮਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੀ ਢਾਲ ਜੋ ਅੱਗੇ ਹੈ। ਤਿੰਨ ਕੋ ਕਹੋ ਬਾਕ ਫੁਰ ਹੋਤਾ। ਉਹ ਬਚਨ ਛੇਵੇਂ ਪਾਤਸ਼ਾਹ ਨੇ ਕੀਤਾ ਉਹ ਫੁਰਦਾ ਹੈ। ਜੇ ਤੁਮ ਕੋ ਵਿਘਨ ਉਦੋਤਾ। ਕਿਹਾ ਸੀ ਕਿ ਜੇ ਤੁਹਾਡੇ ਤੇ ਕੋਈ ਵਿਘਨ ਲੈ ਕੇ ਫੌਜ ਲੈ ਕੇ ਆਵੇਗਾ ਸੋ ਤਤਕਾਲ ਹਟੇ ਦੁੱਖ ਪਾਵੇ ਅਗਨ ਨਿਕਟ ਓਰਾ ਘਰ ਜਾਵੇ। ਗੁਰੂ ਸਾਹਿਬ ਨੇ ਕਿਹਾ ਸੀ ਕਿ ਜੇ ਤੁਹਾਡੇ ਤੇ ਵਿਘਨ ਪਾਉਣ ਲਈ ਕੋਈ ਆਵੇਗਾ ਉਹ ਏਦਾਂ ਗਲ ਜਾਏਗਾ ਜਿਵੇਂ ਕੋਈ ਓਲਾ ਹੁੰਦਾ ਨਾ ਗੜਾ ਤੇ ਅੱਗ ਦੇ ਕੋਲ ਆ ਕੇ ਢਲ ਜਾਂਦਾ ਬਿਲਕੁਲ ਗਲ ਜਾਂਦਾ ਏਦਾਂ ਗਲ ਜਾਏਗਾ ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ ਕੋਈ ਵੀ ਦੁਸ਼ਮਣ। ਤੁਮਰੇ ਨਿਕਟ ਨਾ ਆਵੇ ਕੋਈ ਤੁਹਾਡੇ ਨੇੜੇ ਨਹੀਂ ਆਵੇਗਾ। ਉਦਮ ਕਰਤ ਵਿਨਾਸ਼ਨ ਹੋਈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਕਰਕੇ ਇਹਨਾਂ ਦਾ ਵਿਨਾਸ਼ ਹੋ ਰਿਹਾ ਹੈ। ਇਨ ਕੋ ਬਾਕ ਸਹਾਇਕ ਸਦਾ। ਗੁਰੂ ਸਾਹਿਬ ਦੇ ਬਚਨ ਸਾਡੇ ਸਦਾ ਲਈ ਸਹਾਇਕ ਹਨ। ਦੁਸ਼ਟ ਵਿਨਾਸ਼ਕ ਹੈ ਜਦ ਕਦਾ। ਦੁਸ਼ਟਾਂ ਦਾ ਹਮੇਸ਼ਾ ਵਿਨਾਸ਼ ਕਰਦੇ ਨੇ। ਸਭਾ ਮੈਂ ਸ਼੍ਰੀ ਹਰਿ ਰਾਏ। ਹਰ ਰਾਏ ਸਾਹਿਬ ਨੇ ਬਚਨ ਸਭਾ ਵਿੱਚ ਕਹੇ। ਸੁਣ ਸਿੱਖ ਪਾ ਕੇ ਤੁਮ ਸੁਖ ਪਾਏ। ਸਿੱਖ ਬੋਲੇ ਮਹਾਰਾਜ ਅਸੀਂ ਆਪ ਜੀ ਦਾ ਸਦਾ ਸੁਖ ਮੰਗਦੇ ਹਾਂ। ਹੋਏ ਵਿਨਾਸ਼ਨ ਸ਼ਤਰੂ ਤੁਮਾਰੇ। ਸਾਡੇ ਜਿੰਨੇ ਦੁਸ਼ਮਣ ਨੇ ਇਹਨਾਂ ਦਾ ਵਿਨਾਸ਼ ਹੋਵੇ। ਉਹ ਸਮਰੱਥ ਜੋ ਸਕੇ ਨਿਹਾਰੇ। ਕੌਣ ਐਸਾ ਸਮਰੱਥ ਹੈ ਜਿਹੜਾ ਤੁਹਾਡੀ ਵਾਹ ਵੱਲ ਵੀ ਵੇਖ ਸਕੇ। ਉਤੇ ਸ਼ਾਹ ਕੋ ਕੈਤ ਮੁਲਾਨੇ। ਮਹਾਰਾਜ ਉਧਰ ਬਾਦਸ਼ਾਹ ਦੇ ਜਿਹੜੇ ਮੁਲਾਣੇ ਕਾਜੀ ਨੇ। ਲਿਖੋ ਸਾਮਤਾ ਸਾਤ ਮਹਾਨੇ। ਉਹ ਕਹਿੰਦੇ ਬਾਦਸ਼ਾਹ ਨੂੰ, ਕਹਿੰਦੇ ਬਾਦਸ਼ਾਹ ਤੂੰ ਚਿੱਠੀ ਲਿਖ ਕੇ ਭੇਜ ਜਿਹਦੇ ਚ ਤੇਰਾ ਪਿਆਰ ਝਲਕੇ। ਏਦਾਂ ਦੀ ਸਮਤਾ ਵਾਲੀ ਕੋਈ ਚਿੱਠੀ ਲਿਖ ਕੇ ਭੇਜ ਗੁਰੂ ਜੀ ਨੂੰ। ਜਿਸ ਤੇ ਪ੍ਰੀਤ ਸੋ ਜਾਣੀ ਜਾਏ। ਨਾਲ ਇਹ ਜਾਣਿਆ ਜਾਵੇ ਕਿ ਤੂੰ ਗੁਰੂ ਜੀ ਨਾਲ ਪ੍ਰੀਤ ਕਰਦਾ। ਚਾਹੋ ਸੋ ਕਰੋ ਜਬੇ ਇੱਥੇ ਆਏ। ਜਦੋਂ ਇੱਥੇ ਆ ਜਾਣਗੇ ਗੁਰੂ ਜੀ ਫਿਰ ਤੂੰ ਜੋ ਮਰਜ਼ੀ ਕਰ ਲਈ। ਨਿਸ਼ਠੁਰ ਹਰਫ ਨਾ ਲਿਖੀਏ ਕੋਈ। ਕੋਈ ਕਠੋਰ ਸ਼ਬਦਾਵਲੀ ਗੁਰੂ ਹਰਿ ਰਾਏ ਸਾਹਿਬ ਨੂੰ ਲਿਖ ਕੇ ਨਾ ਭੇਜੀ। ਪਰ ਸਨਮਾਨ ਹਕਾਰੋ ਸੋ
ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਇੱਥੇ ਬੁਲਾ। ਇੱਕ ਵਾਰ ਲੋ ਨਿਕਟ ਬੁਲਾਏ, ਇੱਕ ਵਾਰ ਗੁਰੂ ਹਰਿ ਰਾਏ ਸਾਹਿਬ ਨੂੰ ਜਿਵੇਂ ਕਿਵੇਂ ਮਿੰਨਤ ਤਰਲਾ ਕਰਕੇ ਆਪਣੇ ਕੋਲ ਬੁਲਾ ਲੈ। ਹੁਣ ਵਰ ਤੋਂ ਜੈਸੇ ਚਿਤ ਆਏ, ਜੋ ਤੇਰੇ ਮਨ ਚ ਆਵੇ ਉਦਾਂ ਵਰਤ ਲਈ, ਜੋ ਤੇਰੇ ਚਿੱਤ ਚ ਆਵੇ ਉਦਾਂ ਕਰ ਲਈ। ਇਹ ਮੁਲਾਣੇ ਕਾਜੂ ਔਰੰਗਜ਼ੇਬ ਨੂੰ ਸਿਖਾ ਰਹੇ ਨੇ ਕਿ ਪਿਆਰ ਨਾਲ ਚਿੱਠੀ ਲਿਖ ਕੇ ਭੇਜ, ਕਿਉਂਕਿ ਜਦੋਂ ਸਾਮ ਨਾਲ ਗੱਲ ਬਣਦੀ ਹੋਵੇ ਨਾ ਤੇ ਫਿਰ ਦਾਮ ਦੰਡ ਭੇਦ ਨਹੀਂ ਵਰਤੀਦਾ। ਸਾਮ ਕਹਿੰਦੇ ਪਿਆਰ ਨਾਲ ਪਹਿਲਾਂ ਗੱਲ ਬਣਾਉਣੀ। ਉਹ ਬਣਾ ਔਰੰਗਜ਼ੇਬ, ਸੁਣਿਆ ਗੁਰੂ ਸਾਹਿਬ ਦੇ ਕੋਲ ਕੋਈ ਪ੍ਰੀਤ ਨਾਲ ਬੇਨਤੀ ਕਰੇ ਤੇ ਮੰਨਦੇ ਵੀ ਨੇ। ਤੋ ਔਰੰਗਜ਼ੇਬ ਬਾਦਸ਼ਾਹ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਚਿੱਠੀਆਂ ਭੇਜ ਰਿਹਾ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇ ਖੇਮਾ। ਸਿਮਰੋ ਸ਼੍ਰੀ ਹਰਿ ਰਾਏ, 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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।